ਜਿਵੇਂ ਮੰਨ ਲਓ ਆਪਣਾ ਇੱਕ ਬਲੌਕ ਆ ਅਤੇ 11 ਇੱਟਾਂ ਦਾ ਕਵਰ ਕਰ ਲੈਂਦਾ ਜੀ। ਅੱਛਾ, ਮੰਨ ਕੇ ਚੱਲੋ ਇਹ ਵਾਲੀ ਆਪਣੀ ਕੰਧ ਇੱਥੇ ਸਿੱਧੀ ਧੁੱਪ ਪੈਂਦੀ ਹੈ, ਹੈ ਨਾ? ਹਾਂਜੀ ਹਾਂਜੀ। ਅੰਦਰ ਕਿੰਨਾ ਕੁ ਟੈਂਪਰੇਚਰ ਡਾਊਨ ਹੋਊਗਾ ਜੇ ਅੰਦਰੋਂ, ਜੇ ਆਪਾਂ ਬਾਹਰ ਦੇ ਹਿਸਾਬ ਨਾਲ ਲਾਈਏ, ਜੇ ਆਪਣੀ ਬਾਹਰ 45 ਡਿਗਰੀ ਆ ਨਾ ਜੀ, ਅਤੇ ਅੰਦਰ ਆਪਣੀ 30 ਜਾਂ 35 ਦੇ ਤੱਕ ਡਿਗਰੀ ਰਹਿ ਸਕਦੀ, ਘੱਟ ਸਕਦੀ। 10 ਡਿਗਰੀ ਘਟੂਗਾ, ਘੱਟ ਜੂਗਾ ਜੀ ਆਪਣਾ, ਯਾਨੀ ਕਿ ਫਰਕ ਰਹਿ ਜੂਗਾ, ਠੰਡਾ ਰਹੂਗਾ ਥੋੜ੍ਹਾ ਜਿਹਾ ਉਹਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਕੋਠੀ ਬਣਦੀ ਵਿਖਾਉਣ ਲੱਗੇ ਹਾਂ ਜਿਹੜੀ ਕਿ ਬਿਨਾਂ ਇੱਟਾਂ ਤੋਂ ਬਣਦੀ ਆ ਜੀ। ਇਹ ਬਣਦੀ ਆ ਬਲੌਕ ਦੇ ਨਾਲ। ਅਸਲ ਦੇ ਵਿੱਚ ਅੱਜ ਤੋਂ ਨਾ ਕੋਈ 10-15 ਸਾਲ ਪਹਿਲਾਂ ਵੀ ਬਲੌਕ ਆਏ ਸੀ, ਲੇਕਿਨ ਉਹ ਫੇਲ ਹੋ ਗਏ ਸੀਗੇ। ਜਿਹੜੇ ਇਹ ਵਾਲੇ ਬਲੌਕ ਆ ਇਹ ਇੱਕ ਅਲੱਗ ਕਿਸਮ ਦਾ ਬਣਦੇ ਆ। ਅਤੇ ਬਾਕੀ ਨਾਲ ਦੀ ਨਾਲ ਇਹ ਗੱਲ ਆ ਵੀ ਜਿਹੜੀ ਇਹ ਵਾਲੀ ਕੋਠੀ ਰਹੂਗੀ ਇਹਦੇ ਵਿੱਚ ਜਿਵੇਂ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਆ ਦਿਨ ਬ ਦਿਨ, ਹੈ ਨਾ, ਅਤੇ ਏ ਸੀ ਵੀ ਕੰਮ ਨਹੀਂ ਕਰਦੀ, ਪਰ ਇਹ ਵਾਲੀ ਕੋਠੀ ਦੇ ਵਿੱਚ ਜਿਹੜੇ ਏ ਸੀ ਆ ਉਹ ਵੀ ਵਧੀਆ ਕੰਮ ਕਰ ਲੈਣਗੇ, ਕਿਉਂਕਿ ਇਹਨਾਂ ਦੇ ਨਾਲ ਦੀ ਨਾਲ ਹੀ ਉਹਨੂੰ ਥਰਮੋਕੋਲ ਦੇ ਨਾਲ ਇੰਸੂਲੇਸ਼ਨ ਕਰ ਰਹੇ ਆ ਜਿਹੜੇ ਬਲੌਕ ਲਗਾ ਰਹੇ ਆ। ਜਿੰਨੇ ਵੀ ਇਹ ਬਲੌਕ ਆ ਜੀ, ਇਹ ਤੁਹਾਨੂੰ ਪੂਰੇ XR ਮਿਲਣਗੇ। ਅਜਿਹਾ ਨਹੀਂ ਕੋਈ ਵੱਡਾ ਕੋਈ ਛੋਟਾ, 1 mm ਦਾ ਵੀ ਇਹਦੇ ਵਿੱਚ ਤੁਹਾਨੂੰ ਫਰਕ ਨਹੀਂ ਮਿਲਣਾ ਜੀ। ਡਾਇਨਾਮਿਕ ਕੰਪਨੀ ਆ ਜੀ, ਫੁੱਲੀ ਆਟੋਮੈਟਿਕ, ਇਹਨਾਂ ਦਾ ਜਰਮਨ ਦੀ ਤਕਨੀਕ ਦੇ ਨਾਲ ਬਣਿਆ ਹੋਇਆ ਪਲਾਂਟ ਹਿਮਾਚਲ ਦੇ ਵਿੱਚ ਲੱਗਾ ਹੋਇਆ ਜੀ। ਜਦੋਂ ਤੁਸੀਂ ਆਰਡਰ ਕਰੋਗੇ ਸਿੱਧਾ ਹਿਮਾਚਲ ਤੋਂ ਤੁਹਾਡੇ ਘਰ ਦੇ ਵਿੱਚ ਇਹ ਬਲੌਕ ਆਉਣਗੇ। ਨਾਲ ਦੀ ਨਾਲ ਹੀ ਜਿੰਨੀ ਵੀ ਇਹ ਮਸ਼ੀਨਰੀ ਆ ਇਹਦੇ ਵਿੱਚ ਕੋਈ ਜ਼ਿਆਦਾ ਲੇਬਰ ਕੰਮ ਨਹੀਂ ਕਰਦੀ। ਜਦੋਂ ਇਹਦਾ ਮਿਕਸਚਰ ਸੀਮੈਂਟ, ਕੰਕਰੀਟ, ਬਜਰੀ ਵਗੈਰਾ ਜੋ ਵੀ ਕੁਛ ਲਾਉਣਾ ਉਹ ਵੀ ਕੰਪਿਊਟਰ ਨੇ ਮਿਕਸ ਕਰਨਾ, ਉਸ ਤੋਂ ਬਾਅਦ ਜੋ ਤਿਆਰ ਹੋਣੇ ਆ ਬਲੌਕ, ਜਦੋਂ ਇਹਦਾ ਸਾਂਚਾ ਤਿਆਰ ਹੋਣਾ ਉਹ ਵੀ ਕੰਪਿਊਟਰ ਕਰਨਾ, ਉਸ ਤੋਂ ਬਾਅਦ ਇਹਦੀ ਜੋ ਸਭ ਤੋਂ ਮੇਨ ਗੱਲ ਕਿਊਰਿੰਗ, ਜੋ ਇਸ ਦੀ ਆਪਾਂ ਤਰਾਈ ਕਹਿ ਦਿੰਦੇ ਹਾਂ, ਉਹ ਵੀ ਇੱਕ ਸੁਰੰਗ ਦੇ ਵਿੱਚ ਹੁੰਦੀ ਆ ਜੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਬਲੌਕ ਬਣਾਏ ਜਾਂਦੇ ਆ ਜੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਇਹਦੇ ਨਾਲ ਦੀ ਨਾਲ ਹੀ ਡਾਇਨਾਮਿਕ ਕੰਪਨੀ ਦੇ, ਇਹਨਾਂ ਦੇ ਤੁਹਾਨੂੰ ਇੰਟੀਰੀਅਰ ਐਕਸਟੀਰੀਅਰ ਛੱਤ 'ਤੇ ਲੱਗਣ ਲਈ, ਫਰਸ਼ 'ਤੇ ਲੱਗਣ ਲਈ ਬਹੁਤ ਸਾਰਾ ਕੰਕਰੀਟ ਤੋਂ ਬਣਿਆ ਸਮਾਨ ਮਿਲਦਾ ਜੀ। ਕਿਉਂਕਿ ਜੇਕਰ ਤੁਸੀਂ ਨਵਾਂ ਘਰ ਬਣਾ ਰਹੇ ਹੋ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਆ, ਕਿਉਂਕਿ ਕੁਛ ਚੀਜ਼ਾਂ ਤੋਂ ਤੁਸੀਂ ਭਾਲਦੇ ਹੁੰਦੇ ਆ ਆਹ ਚੀਜ਼ ਮਿਲ ਜਾਵੇ, ਅਤੇ ਉਹ ਚੀਜ਼ ਦਾ ਮਸਲਾ ਤੁਸੀਂ ਇਹ ਵੀਡੀਓ ਵੇਖ ਕੇ ਹੱਲ ਕਰ ਸਕਦੇ ਹੋ, ਜੋ ਤੁਹਾਡੇ ਘਰ ਦੀ ਸ਼ਾਨ ਨੂੰ 4 ਚੰਨ ਲਗਾਵੇਗਾ ਜੀ। ਆ ਜਾਓ ਆਪਾਂ ਡਾਇਨਾਮਿਕ ਬਲੌਕ ਦੇ ਫੈਕਟਰੀ ਦੇ ਮਾਲਕ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਅਤੇ ਉਸ ਤੋਂ ਅੱਗੇ ਪੂਰੀ ਤੁਸੀਂ ਵੀਡੀਓ ਵੇਖਿਓ ਜੇਕਰ ਤੁਸੀਂ ਆਪਣਾ ਨਵਾਂ ਘਰ ਪਾ ਰਹੇ ਹਾਂ। ਆ ਜਾਓ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਡਾਇਨਾਮਿਕ ਬਲੌਕ ਕੋਸਮੋ ਟਾਇਲ, ਇਹ ਹੈਗਾ ਜੀ ਮੋਗਾ ਲੁਧਿਆਣਾ ਹਾਈਵੇ ਜਗਰਾਓਂ, ਸਾਹਮਣੇ ਹੋਟਲ 5 ਰਿਵਰ, ਇਹ ਲੋਕੇਸ਼ਨ ਇਹਨਾਂ ਦੀ ਹਾਈਵੇ ਦੇ ਉੱਪਰ ਹੀ ਆ। ਆਪਣੇ ਨਾਲ ਹੋਣਗੇ ਜੀ ਜਾਣਕਾਰੀ ਦੇਣ ਦੇ ਲਈ ਹਰਪ੍ਰਤਾਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਇਸ ਟਾਈਮ ਜਗਰਾਓਂ ਖੜ੍ਹੇ ਹਾਂ ਜੀ। ਸਾਡੇ 2 ਪਲਾਂਟ ਨੇ, ਅਤੇ ਇੱਕ ਹੈਗਾ ਜਗਰਾਓਂ ਮੇਨ ਜੀ ਟੀ ਰੋਡ 'ਤੇ, ਇੱਕ ਸਾਡਾ ਹਿਮਾਚਲ ਦੇ ਵਿੱਚ ਪਲਾਂਟ ਆ। ਅਸੀਂ ਜਰਮਨ ਤੋਂ ਫੁੱਲੀ ਆਟੋਮੈਟਿਕ ਜਰਮਨ ਟੈਕਨੋਲੋਜੀ ਦਾ ਅਸੀਂ ਪਲਾਂਟ ਲਾਇਆ ਹੈਗਾ। ਇਹ ਤੁਸੀਂ ਦੇਖ ਸਕਦੇ ਹੋ ਬਲੌਕ ਇਹ ਪਿਆ ਹੈਗਾ ਜੀ, ਸਾਰਾ ਦੇਖੋ ਮਿਕਸਚਰ ਇੱਕ ਬਰਾਬਰ ਹੈ, ਠੀਕ ਹੈ ਜੀ। ਇਹਦੇ ਨਾਲ ਕੀ ਹੈ, ਸਾਡੀ ਕੁਆਲਿਟੀ ਯੂਨੀਫੋਰਮ ਹੈ, ਇੱਕ ਤਰ੍ਹਾਂ ਦਾ ਮਟੀਰੀਅਲ। ਇਹ ਨਹੀਂ ਹੈ ਵੀ ਸਾਡਾ ਹੌਟ, ਸਾਰਾ ਜਿਹੜਾ ਅਸੀਂ ਕਿਊਰਿੰਗ ਵੀ ਕਰਦੇ ਹਾਂ ਇਹਨਾਂ ਦੀ, ਹੌਟ ਸਟੀਮ ਕਿਊਰਿੰਗ ਕਰਦੇ ਹਾਂ। ਆਮ ਜਿਹੜੇ ਦੇਸੀ ਬਲੌਕ ਬਣਦੇ ਆ ਉਹ ਜਗਾੜੂ ਬਣਦੇ ਆ, ਬਾਹਰ ਪਾਣੀ ਲਾਉਂਦੇ ਆ, ਕੋਈ ਸੁੱਕ ਗਿਆ ਕੋਈ ਨਹੀਂ ਸੁੱਕਿਆ, ਕਿਸੇ ਸਰੀਤਾ ਪਾਤਾ। ਇਹ ਦੇਖੋ ਸਾਰਾ ਇੱਕ ਨਾਲ ਦਾ ਮਾਲ ਆ। ਤੁਸੀਂ ਆਪਣੀ ਹਿਮਾਚਲ ਦੇ ਵਿੱਚ, ਹਾਂਜੀ ਹਾਂਜੀ, ਇਹ ਫਿਰ ਹਿਮਾਚਲ ਹੀ ਕਿਉਂ ਲਾਈ ਫੈਕਟਰੀ ਤੁਸੀਂ? ਦੇਖੋ ਜੀ ਹਿਮਾਚਲ ਦੇ ਵਿੱਚ ਇਹ ਫਾਇਦਾ ਹੈਗਾ ਜੀ, ਜਿਹੜਾ ਉੱਥੋਂ ਦਾ ਰਾਅ ਮਟੀਰੀਅਲ ਆ, ਜਿਹੜਾ ਸਾਡਾ ਮੇਨ ਕ੍ਰੈਸ਼ਰ ਹੈ, ਉੱਥੋਂ ਦਾ ਪਾਣੀ ਹੈ, ਸਾਫ਼ ਹੈ, ਇਹ ਤਾਂ ਹੈ, ਠੀਕ ਹੈ ਜੀ। ਪਲੱਸ ਉੱਥੇ ਜਿਹੜਾ ਰਾਅ ਮਟੀਰੀਅਲ ਸਾਨੂੰ ਵਧੀਆ ਮਿਲਦਾ ਪੰਜਾਬ ਨਾਲ, ਕੁਆਲਿਟੀ ਬਹੁਤ, ਜ਼ਮੀਨ ਅਸਮਾਨ ਦਾ ਫਰਕ ਹੈ, ਤਾਂ ਕਰਕੇ ਜੋ ਇੰਨੀ ਕੁਆਲਿਟੀ ਹੈ ਜੇ ਨੀਲੇ ਰੰਗ ਦੇ ਵਿੱਚ ਉੱਥੇ ਹੀ ਬਣ ਪਾਊਗੀ, ਇੱਥੇ ਕਾਮਯਾਬ ਨਹੀਂ ਹੈ ਜਿਹੜਾ ਇਹ ਪੰਜਾਬ ਦਾ ਰਾਅ ਮਟੀਰੀਅਲ ਆ।
ਜਿਹੜੇ ਸਕਿੱਡ ਤੇ ਸਾਰਾ ਮਾਲ ਆਉਂਦਾ ਜੀ, ਇੱਕ ਸਕਿੱਡ ਦੇ ਵਿੱਚ ਅਰਾਊਂਡ 200 ਪੀਸ ਹੁੰਦੇ ਆ ਇਹ। ਅੱਛਾ, ਜਿਵੇਂ ਸਕਿੱਡ ਹੀ ਤੁਹਾਡੇ ਘਰੇ ਪੂਰੀ ਪਹੁੰਚ ਜਾਣੀ ਆ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਸਿਰਫ ਤੁਸੀਂ ਅਕਾਊਂਟ 'ਚ ਪੇਮੈਂਟ ਪਾਣੀ ਆ ਤੇ ਤੁਹਾਡੇ ਘਰੇ ਡਿਲੀਵਰੀ ਹੋ ਜਾਣੀ ਆ। ਅੱਛਾ, ਹਾਂ, ਤੁਹਾਨੂੰ ਕੋਈ ਵੀ ਇਹ ਨਹੀਂ ਲਿਆਉਣ ਦਾ ਖਰਚਾ ਪਊਗਾ, ਇਹ ਸਿਰਫ ਅਸੀਂ ਸਾਡੀ ਪਹੁੰਚ ਕਰਦੇ ਆ ਸਾਰਾ। ਇਹ ਤਾਂ ਮਤਲਬ ਕਿ ਜਿਵੇਂ ਕਿ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਕਿਤੇ ਵੀ ਮੰਗਾਉਣਾ, ਤੁਸੀਂ ਇੱਥੋਂ ਆਰਡਰ ਲਿਆ ਤੇ ਸਿੱਧਾ ਹਿਮਾਚਲ ਤੋਂ ਅਗਲੇ ਦੇ ਘਰੇ ਪਹੁੰਚਾ ਦੇਣਾ ਨਾਲ। ਹਾਂ ਜੀ, ਬਿਲਕੁਲ ਜੀ, ਸਿੱਧਾ ਤੁਹਾਡੇ ਘਰੇ ਆ ਜਾਣਾ, ਚਾਹੇ ਉਹ ਮੋਗਾ ਵਾ, ਚਾਹੇ ਉਹ ਲੁਧਿਆਣਾ ਵਾ, ਚਾਹੇ ਉਹ ਚੰਡੀਗੜ੍ਹ ਹੈ, ਚਾਹੇ ਬਠਿੰਡਾ, ਚਾਹੇ ਹਰਿਆਣਾ ਕੁਰਸ਼ੇਤਰਾ ਵਾ, ਹਰੇਕ ਪਾਸੇ ਸਾਡਾ ਇਹ ਆਲ ਓਵਰ ਹਿਮਾਚਲ, ਹਰਿਆਣਾ, ਪੰਜਾਬ, ਚੰਡੀਗੜ੍ਹ, ਅਸੀਂ ਹੁਣ ਰਾਜਸਥਾਨ 'ਚ ਵੀ ਸਾਡੀ ਸਪਲਾਈ ਜਾ ਰਹੀ ਹੈ ਗੰਗਾਨਗਰ ਏਰੀਏ ਦੇ ਵਿੱਚ। ਅੱਛਾ, ਅਤੇ ਇਸ ਨਾਲ ਲੋਕ ਇਹਨੂੰ ਬਹੁਤ ਪਸੰਦ ਕਰ ਰਿਹਾ, ਕਿਉਂਕਿ ਲੋਕ ਇੱਟਾਂ ਤੋਂ ਬਹੁਤ ਦੁਖੀ ਨੇ, ਉਹਦੇ ਵਿੱਚ ਦੁਖੀ ਇਸ ਤਰ੍ਹਾਂ ਵਾ ਵੀ ਕਿਉਂਕਿ ਸਲਾਬ ਆਉਂਦੀ ਆ ਉਹਦੇ ਵਿੱਚ, ਇਹ ਬਹੁਤ ਵੱਡੀ ਪ੍ਰੋਬਲਮ ਆ ਜੀ। ਇਹਦੇ ਵਿੱਚ ਇਹ ਤੁਹਾਨੂੰ ਯੂਨੀਫਾਰਮ ਮਾਲ ਮਿਲੇਗਾ। ਇੱਟਾਂ ਨੂੰ ਮਹਿੰਗਾ ਕਿੰਨਾ ਕੁ ਪੈਂਦਾ? ਇਹ ਮਹਿੰਗਾ ਨਹੀਂ, ਮੈਂ ਤਾਂ ਕਹੂੰਗਾ ਜੀ ਇਹ ਸਸਤਾ ਪੈਂਦਾ, ਸਸਤਾ ਇਸ 10-15% ਇਹ ਸਸਤਾ ਹੀ ਪੈਂਦਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਇੱਟਾਂ ਵੀ ਕੁਛ ਸਸਤੀਆਂ ਨਹੀਂ ਰਹਿ ਗਈਆਂ, ਕਿਉਂਕਿ ਅੱਜ ਕੱਲ੍ਹ ਪੱਠੇ ਵੀ ਤੁਹਾਨੂੰ ਪਤਾ ਤਕਰੀਬਨ 7 ਰੁਪਏ ਇੱਟ ਪੈ ਰਹੀ ਹੈ, 7 ਰੁਪਏ ਪੈ ਰਹੀ ਹੈ। ਅਤੇ ਆ ਜਾਓ, ਤੁਹਾਨੂੰ ਅੱਗੇ ਮੈਂ, ਅਸੀਂ ਖੁਦ ਕੰਧ ਕੀਤੀ ਹੋਈ ਹੈ ਇੱਥੇ, 9-ਇੰਚੀ ਕੰਧ ਮੈਂ ਦਿਖਾਊਂਗਾ ਵੀ ਕਿ ਕੈਮਰਾਮੈਨ ਨੂੰ 9-ਇੰਚੀ ਕੰਧ ਦਿਖਾਵੇ ਸਾਈਡ ਤੋਂ, ਅਤੇ ਜਿਹੜੀ ਕਿ ਦੇਖੋ ਅਜੇ ਕੋਈ ਸੀਮੈਂਟ ਨਹੀਂ ਲਾਇਆ, ਇੱਦਾਂ ਹੀ ਸੋਹਣੀ ਲੱਗਦੀ ਹੈ ਦੇਖੋ। ਬਿਲਕੁਲ, ਤੁਸੀਂ ਸਾਈਜ਼ ਦੇਖੋ, ਬਿਲਕੁਲ ਲਾਈਨ ਇੱਕਦਮ ਸਿੱਧੀ ਜਾ ਰਹੀ ਹੈ, ਐਕੂਰੇਸੀ ਪੂਰੀ ਹੈ, ਐਕੂਰੇਸੀ ਦੇਖੋ, ਅਜੇ ਕੁਝ ਨਹੀਂ, ਸਿਰਫ ਰੱਖੇ ਹੋਏ ਆ ਬਲੌਕ, ਇਹ ਉਂਝ ਹੀ ਰੱਖੇ ਆ, ਕੋਈ ਸਾਲ ਨਹੀਂ, ਕੋਈ ਗਾਈ ਨਹੀਂ ਲਾਇਆ, ਹਨਾ, ਕੁਝ ਨਹੀਂ ਕੀਤਾ, ਕੋਈ ਲੈਵਲ ਨਹੀਂ ਕੀਤਾ, ਉਵੇਂ ਰੱਖੇ। ਤੁਹਾਨੂੰ ਕੈਮਰੇ ਵਿੱਚ ਪੂਰਾ ਸਾਫ਼ ਨਜ਼ਰ ਆਊਗਾ, ਦੇਖੋ 6-ਇੰਚੀ ਬਲੌਕ ਲੱਗੇ ਹੋਏ ਆ, ਐਂ ਜਿਵੇਂ ਬਿਸਕੁਟ ਵਾਂਗੂ ਚਣੇ ਹੋਏ ਆ, ਇੱਦਾਂ ਪੀਸ ਲੱਗ ਰਹੇ ਆ ਦੇਖੋ। ਉਹ ਖਰਾਬ ਆ ਜੀ ਜਾਂ ਜਾਣਬੁੱਝ ਕੇ ਇਸ ਤਰ੍ਹਾਂ ਕੀ ਕੀ ਸਾਹਿਬ ਜੀ? ਇਹ ਤੁਸੀਂ ਬਾਹਰ ਫੋਰਨ ਅਮਰੀਕਾ, ਕੈਨੇਡਾ ਵਗੈਰਾ, ਦੁਬਈ ਵਗੈਰਾ 'ਚ ਦੇਖਿਆ ਹੋਣਾ, ਇਹ ਵਾਲਮਾਰਟ ਦੇ ਬਾਹਰ ਬਲੌਕ ਲੱਗੇ ਹੁੰਦੇ ਆ, ਜਿੰਨੇ ਵੱਡੇ ਕੰਪਲੈਕਸ ਹਾਊਸਿਸ ਦੇ ਬਾਹਰ। ਅੱਛਾ ਜੀ, ਸਟਾਰਬਕਸ ਦੇ ਬਾਹਰ ਇਹ ਲੱਗੇ ਹੁੰਦੇ ਆ ਬਲੌਕ, ਇਹਨੂੰ ਕਹਿੰਦੇ ਆ ਗ੍ਰਿਟ ਵਾਸ਼ ਬਲੌਕਸ। ਅੱਛਾ, ਤੁਸੀਂ ਇਹ ਦੇਖੋ, ਨੇੜੇ ਜਾ ਕੇ ਦੇਖੋ, ਇਹਨਾਂ 'ਚ ਤੁਹਾਨੂੰ ਬਜਰੀ ਦਿਖਦੀ ਆ, ਦੇਖੋ ਇਹ ਦਿਖਦੀ ਹੈ, ਇਹ ਬਜਰੀ ਦਿਖਦੀ ਹੈ, ਇਹ ਫਰੰਟ ਤੇ ਜਿਹੜਾ ਤੁਹਾਡਾ ਘਰ ਦਾ ਐਲੀਵੇਸ਼ਨ ਆ, ਬਾਉਂਡਰੀ ਵਾਲ ਹੈ, ਉਹਦੇ ਉੱਤੇ ਤੁਸੀਂ ਇਹ ਲਾ ਸਕਦੇ ਹੋ। ਕਲਰ ਸਾਰੇ ਇਹਦੇ ਵਿੱਚ ਤੁਹਾਨੂੰ ਬਲੈਕ, ਰੈੱਡ, ਆਈਵਰੀ, ਯੈਲੋ, ਸਾਰੇ ਕਲਰ ਮਿਲ ਜਾਣਗੇ ਇਹਦੇ ਵਿੱਚ। ਅੱਛਾ, ਇਹ ਸਾਡੇ ਹੈਗੇ ਆ ਸੋਲਿਡ ਬਲੌਕ, ਇਹ ਜਿਹੜੇ ਤੁਸੀਂ ਇਹ ਦੇਖੋ ਪਾਰਟੀਸ਼ਨ ਕਰ ਦਈ ਸ਼ਾਇਦ, ਹਾਂ ਕੈਮਰਾ ਮੈਨ, ਤੁਸੀਂ ਇਹ ਦਿਖਾਓ, ਇਹ ਸਾਰੇ ਬਲੌਕ ਸੋਲਿਡ ਬਲੌਕ ਹੈ, ਫਾਊਂਡੇਸ਼ਨ ਜਿਉਂ ਆਪਾਂ ਨਿਓਆਂ ਘਰ ਦੀਆਂ ਭਰਦੇ ਹਾਂ, ਉਹਦੇ ਆਪਾਂ ਕਿਰਸ ਕਰ ਜਾਂਦੇ ਹਾਂ, ਕਿਰਸ ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਹਲਕੀ ਇੱਟ ਲਾ ਦਿੰਦੇ ਹਾਂ ਪੈਸੇ ਬਚਾਉਣ ਵਾਸਤੇ, ਜਿਹੜੀ ਧਰਤੀ ਦੀ ਆਪਣੀ ਘਰ ਦੀ ਫਾਊਂਡੇਸ਼ਨ ਆ ਉਹੀ ਮਜ਼ਬੂਤ ਚਾਹੀਦੀ ਹੈ। ਅਤੇ ਇਹ ਸੋਲਿਡ ਬਲੌਕ ਤੁਸੀਂ ਨਮੂਨਾ ਬਣਾਇਆ ਹੋਇਆ ਨਾ, ਹਾਂ, ਨੀਂਹ ਧਰੀ ਹੋਈ ਹੈ ਇੱਥੇ, ਦੋ ਰੱਖਦੇ ਦੇਖੋ, ਓਕੇ ਓਕੇ, ਇਹ ਸਾਰੀ ਨੀਂਹ ਧਰੀ ਹੋਈ ਹੈ, ਕਿਸੇ ਨੇ ਘੱਟ ਬਣਾਉਣੀ ਹੈ, ਵੱਧ ਬਣਾਉਣੀ ਹੈ ਨਹੀਂ, ਉਹ ਦੇਖੋ ਉਹ ਸਭ ਤੋਂ ਜ਼ਿਆਦਾ ਹੈਗੀ ਆ। ਹਾਂ, ਜਿਹੋ ਜਿਹਾ ਆਪਣੇ ਮਕਾਨ ਦਾ ਉਚਾਈ ਆ ਜਾਂ ਜੋ ਵੀ ਆਪਣਾ ਆਰਕੀਟੈਕਟ ਕਹਿ ਰਿਹਾ, ਬਿਲਕੁਲ ਉਸ ਹਿਸਾਬ ਦੇ ਨਾਲ, ਉਸ ਹਿਸਾਬ ਦੇ ਨਾਲ ਇਹਦੀ, ਚਾਹੇ ਤੁਸੀਂ ਜੇ ਸਟਰਕਚਰ ਬਿਲਡਿੰਗ ਨਹੀਂ ਬਣਾਉਣੀ, ਤੁਸੀਂ ਇਹਦੇ ਨਾਲ ਆਪਣਾ ਵਿਦਾਊਟ ਸਟਰਕਚਰ ਦੇ ਵਿੱਚ ਸੋਲਿਡ ਬਲੌਕਸ ਤੁਸੀਂ ਲਾ ਸਕਦੇ ਹੋ, ਕੋਈ ਬੀਮ ਨਹੀਂ ਪਾਉਣਾ, ਇਹ ਪੂਰੇ ਸੋਲਿਡ ਬਲੌਕ ਹੈ, ਇਹਦੀ ਸਟਰੈਂਥ M25 ਹੈ, ਇਹ ਤੁਸੀਂ ਆਪਦੇ ਬਿਲਡਿੰਗ ਦੇ ਵਿੱਚ, ਘਰ ਦੇ ਵਿੱਚ ਇਹਨੂੰ ਚਾਰ ਦੀਵਾਰੀ ਲਈ ਵੀ ਯੂਜ਼ ਕਰ ਸਕਦੇ ਹੋ, ਤੁਸੀਂ ਕੋਠੀ ਫਾਊਂਡੇਸ਼ਨ ਲਈ ਵੀ ਯੂਜ਼ ਕਰ ਸਕਦੇ ਹੋ, ਤੁਸੀਂ ਇਹਨੂੰ ਮਕਾਨ ਦੀ ਪਾਰਟੀਸ਼ਨ ਵਾਲ ਵਾਸਤੇ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ, ਠੀਕ ਹੈ, ਇਹਨੂੰ ਸਲਾਬ ਵਗੈਰਾ ਫਿਰ ਜਿਵੇਂ, ਇਹਨੂੰ ਸਲਾਬ ਸਾਡੀ 100% ਗਰੰਟੀ ਹੈ ਵੀ ਇਹਦੇ ਵਿੱਚ 1% ਵੀ ਸਲਾਬ ਨਹੀਂ ਆਊਗੀ। ਹਾਂਜੀ ਬਾਈ ਜੀ, ਇੱਦਾਂ ਦੇਖੋ ਆਪ ਆਪਣੀਆਂ ਬਣ ਬਣ ਉੱਤਰ ਰਿਹਾ ਸ਼ੋਰਾ, ਹੈ ਨਾ, ਤੁਸੀਂ ਦੇਖ ਰਹੇ ਹੋ ਇੱਟਾਂ ਦੇ ਵਿੱਚ 20 ਸਾਲ ਪੁਰਾਣੀ ਬਿਲਡਿੰਗ ਆ ਇਹ। ਹਾਂਜੀ, ਅੱਜ ਵੀ ਦੇਖੋ ਸ਼ੋਰਾ ਆ ਰਿਹਾ, ਇਹ ਲਾਲ ਇੱਟਾਂ ਦੀ ਬਿਲਡਿੰਗ ਬਣੀ ਹੋਈ ਆ, ਆਹ ਦੇਖੋ ਸਾਰਾ ਖਰਾਬ ਹੋ ਰਿਹਾ। ਹੁਣ ਆਹ ਦੇਖੋ, ਇੱਧਰ ਅਸੀਂ ਬਲੌਕ ਦੀ ਚੁਣਾਈ ਕੀਤੀ ਆ ਅਤੇ ਨਾ ਇਹਦੇ ਵਿੱਚ ਕੋਈ ਸ਼ੋਰਾ, ਨਾ ਸਲਾਬ, ਕੋਈ ਪ੍ਰੋਬਲਮ ਹੀ ਹੈ ਨਹੀਂ, ਬਿਲਕੁਲ ਖੁਸ਼ਕ, ਅਸੀਂ ਇਹ ਪੇਂਟ ਕੀਤਾ, ਨਾ ਇਹ ਉੱਤਰਦਾ, ਬਸ ਇਹਦਾ ਰੰਗ ਹੀ ਚੇਂਜ ਹੋਊਗਾ ਹੁਣ ਜੇ ਕਰਾਉਣਾ ਹੋਇਆ।
ਦੇਖੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਛੋਰਾ ਸਲਾਬ ਕੁਛ ਨਹੀਂ ਇਸ ਵਾਲੀ ਜੀਵਨ ਜਾਲੀ ਟਾਈਪ ਹੈ ਬਾਈ ਜੀ। ਅਸੀਂ ਨਵਾਂ ਬਰੀਜ਼ ਬਲੋਕਸ ਕਹਿੰਦੇ ਹਾਂ ਇਹਨਾਂ ਨੂੰ, ਅੱਜ ਕੱਲ੍ਹ ਕੋਠੀਆਂ ਦੇ ਲੇਟੈਸਟ ਕੋਠੀਆਂ ਜਿਹੜੀਆਂ ਬਣ ਰਹੀਆਂ। ਆਹ ਹੈਗਾ ਵੀ ਸ਼ੇਪ ਡਿਜ਼ਾਈਨ, ਆਹ ਫਲਾਵਰ ਡਿਜ਼ਾਈਨ ਆ, ਇਹ 3 ਸਕੇਅਰ ਡਿਜ਼ਾਈਨ ਆ ਗਿਆ। ਓਕੇ ਜੀ। ਆਹ ਲਾਈਕ ਕੈਮਰਾ ਆ ਗਿਆ ਡਿਜ਼ਾਈਨ, ਜਿੱਦਾਂ ਆਪਾਂ ਬਿਲਡਿੰਗ ਬਣਾਉਂਦੇ ਹਾਂ ਬਾਹਰਲੇ ਪਾਸੇ ਆਪਾਂ ਕੋਈ ਪਾਰਟੀਸ਼ਨ ਕਰਨਾ, ਤੁਸੀਂ ਇਹਦਾ ਪਾਰਟੀਸ਼ਨ ਕਰਕੇ ਇੱਕ ਨਵੀਂ ਲੁੱਕ ਦੇ ਸਕਦੇ ਹੋ, ਹੈ ਨਾ। ਇਹ ਡਿਜ਼ਾਈਨ ਹੈਗਾ, ਇਹ ਲਿਲੀ ਆ ਗਿਆ ਡਿਜ਼ਾਈਨ, ਫਿਰ ਆ 4 ਸਕੇਅਰ ਡਿਜ਼ਾਈਨ ਆ ਗਿਆ, ਦੇਖੋ ਕਿੰਨੀ ਪਿਆਰੀ ਚੀਜ਼ ਆ ਜੀ। ਇਸ ਤਰ੍ਹਾਂ ਇਹ ਟੋਟਲ ਕੰਕਰੀਟ ਪ੍ਰੋਡਕਟ ਹੈ ਜੀ ਸਾਰੇ। ਓਕੇ, ਇਹ ਸਾਰਾ ਕੰਕਰੀਟ ਬੇਸਡ ਹੀ ਹੈਗੇ ਆ ਸਾਰੇ ਤੁਹਾਡੇ ਕੋਲ, ਜਿੰਨਾ ਵੀ ਮਟੀਰੀਅਲ ਸਾਰਾ। ਹਾਂਜੀ, ਸਾਰੇ ਟੋਟਲ M40 ਦੇ ਵਿੱਚ ਬਣੇ ਹੋਏ ਆ। ਦੇਖੋ ਬਰੀਜ਼ ਬਲੋਕਸ ਆਈਟਮ ਹੈ ਸਾਡੇ ਕੋਲ, ਇਹ ਕਲੇ ਰੂਫ ਟਾਈਲ। ਅੱਜ ਕੱਲ੍ਹ ਲੋਕ ਛੱਤ ਤੋਂ ਬਹੁਤ ਪਰੇਸ਼ਾਨ ਆ ਕਿ ਛੱਤ 'ਤੇ ਕੀ ਲਾਈਏ ਅਸੀਂ। ਅੱਜ ਕੱਲ੍ਹ ਲੋਕਾਂ ਦੇ ਮਾਇੰਡ ਦੇ ਵਿੱਚ ਬਹੁਤ ਆ ਕਿ ਅਸੀਂ ਛੱਤ 'ਤੇ ਕੀ ਲਾਈਏ, ਵੀ ਸਾਡੀ ਛੱਤ ਵੀ ਠੰਡੀ ਰਹੇ ਅਤੇ ਸਾਡਾ ਖਰਚਾ ਵੀ ਘੱਟ ਹੋਵੇ। ਇਹ ਅਸੀਂ ਦੇਖੋ ਜੀ ਰੂਫ ਟਾਈਲ ਬਣਾਈ ਹੈ ਕਲੇ ਦੇ ਵਿੱਚ, ਕਲੇ ਦੇ ਵਿੱਚ ਦੇਖੋ ਇਹ ਹੋਲਸ ਹੈ ਇਹਦੇ ਵਿੱਚ, ਇਹ ਛੱਤ ਦੇ ਵਿੱਚ ਮੈਂ ਤੁਹਾਨੂੰ ਫੋਟੋ ਦਿਖਾਉਂਦਾ। ਇਹ ਛੱਤ ਮਿੱਟੀ ਦੇ ਉੱਤੇ ਲੱਗ ਜਾਣੀ ਹੈ, ਮਿੱਟੀ ਦੇ ਉੱਤੇ ਲੱਗ ਕੇ ਬਾਅਦ 'ਚ ਚਿਪਸ ਨਾਲ ਆਪਾਂ ਦਰਜ਼ਾਂ ਭਰ ਦੇਣੀਆਂ ਨੇ, ਉਸ ਤੋਂ ਬਾਅਦ ਉੱਤੋਂ ਰਗੜਾਈ ਕਰ ਦੇਣੀ ਹੈ। ਰਗੜਾਈ ਹੋ ਕੇ ਤੁਹਾਨੂੰ ਇਸ ਤਰ੍ਹਾਂ ਲੱਗਣਾ ਵੀ ਜਿੱਦਾਂ ਕੋਈ ਪੱਥਰ ਲਾਇਆ ਹੋਵੇ, ਇਹ ਜਿਵੇਂ ਘੜੇ ਵਾਂਗੂ ਪਕਾਈ ਹੋਈ ਉਸ ਸਮਾਂ ਪੱਕੀ ਹੋਈ ਆ, ਇਹ ਘੜੇ ਵਾਂਗੂ ਪੱਕੀ ਹੋਈ ਹੈ। ਦੇਖੋ ਟਾਇਲ ਜੀ ਬਾਅਦ ਦੇਖੋ, ਹਾਂ ਸਹੀ ਹੈ, ਹਾਂ ਇੰਨੀ ਕੁ ਸੋਲਿਡ ਚੀਜ਼ ਬਣ ਜਾਂਦੀ ਹੈ ਵੀ ਤੁਸੀਂ ਕਹਿਣਾ ਉੱਪਰੋਂ ਸਾਡੇ ਛੱਤ ਤੋਂ ਹੀਟ ਆਉਂਦੀ ਹੀ ਨਹੀਂ। ਦੇਖੋ ਜੀ ਮੈਂ ਤਾਂ ਇਹ ਕਹੂੰਗਾ ਵੀ ਇਹ ਬਰਾਬਰ ਹੀ ਪੈਂਦਾ, ਮੈਂ ਨਾ ਸਸਤਾ ਕਹੂੰਗਾ ਨਾ ਮਹਿੰਗਾ ਕਹੂੰਗਾ, ਕਿਉਂਕਿ ਫਿਰ ਆਪਾਂ ਟੈਨਸ਼ਨ ਪੈ ਜਾਂਦੀ ਜੇ ਮੈਂ ਸਸਤਾ ਕਹਿ ਦਵਾਂ ਕਿਸੇ ਨੂੰ। ਨਹੀਂ ਨਹੀਂ ਉਹ ਚੱਕਰ ਕਈ ਵਾਰੀ ਆਪਾਂ ਕੋਈ ਨਵੀਂ ਚੀਜ਼ ਹੁੰਦੀ ਆ, ਮੇਰਾ ਕਹਿਣ ਦਾ ਭਾਵ ਵੀ ਉਹ ਕਾਫੀ ਜ਼ਿਆਦਾ ਮਹਿੰਗੀ ਹੁੰਦੀ ਆ, ਆਮ ਬੰਦੇ ਦੇ ਬਸ ਦਾ ਰੋਗ ਨਹੀਂ ਹੁੰਦਾ। ਨਹੀਂ ਬਹੁਤ ਸਸਤੀ ਆ ਜੀ ਇਹ, 100 ਫੁੱਟ ਤਕਰੀਬਨ ਇਹ 50 ਰੁਪਏ ਦਾ ਫੀਸ ਆ ਇਹ। ਅਤੇ ਇਹਦਾ ਵੀ ਕੋਈ ਰੋਲ ਆ ਜੀ ਵਿੱਚ, ਜਿਹੜੇ ਹੋਲ ਜਿਹੜੇ ਹੋਲਸ ਨੇ ਇਹਦੇ ਵਿੱਚ ਹਵਾ ਰਹਿਣ ਕਰਕੇ ਥੱਲੇ ਹੀਟ ਨਹੀਂ ਆਊਗੀ ਆਪਣੇ ਘਰੇ। ਅੱਛਾ, ਹਾਂ ਹਵਾ, ਹਾਂ ਇਹ ਵੈਸੇ ਵੀ ਇਹ ਕਲੇ ਆ, ਕਲੇ ਘੜਾ ਜਿਹੜਾ ਪਾਣੀ ਠੰਡਾ ਰੱਖਦਾ, ਉਵੇਂ ਇਹਨੇ ਠੰਡਾ ਤੁਹਾਡੀ ਛੱਤ ਨੂੰ ਠੰਡਾ ਰੱਖਣਾ। ਠੀਕ ਠੀਕ ਹੈ ਜੀ। ਇਹ ਅਸੀਂ ਨਵੀਂ ਟਾਈਲਾਂ ਸ਼ੁਰੂ ਕੀਤੀਆਂ ਜੀ ਸ਼ਾਰਟ ਬਲਾਸਟਡ, ਇਹ ਸ਼ਾਰਟ ਬਲਾਸਟਡ ਟਾਈਲ ਨੇ ਦੇਖੋ, ਇਹ ਲੈਦਰ ਫਿਨਿਸ਼ ਹੈ। ਇਹ ਤੁਹਾਡੇ ਵਿਹੜੇ ਦੇ ਵਿੱਚ ਜਿੱਦਾਂ ਕੋਈ ਪਾਰਕਿੰਗ ਹੈ ਘਰ ਦੇ ਬਾਹਰ ਵਿਹੜਾ ਵਾ, ਉਹਦੇ ਉੱਤੇ ਤੁਸੀਂ ਇਹ ਟਾਈਲਾਂ ਲਗਾ ਸਕਦੇ ਹੋ, ਬਹੁਤ ਹੀ ਪਿਆਰੀ ਚੀਜ਼ਾਂ ਨੇ। ਓਕੇ, ਹਾਂ ਜਿਵੇਂ ਲੋਕ ਅੱਜ ਕੱਲ੍ਹ ਇੰਟਰਲੋਕ ਲਗਾਉਂਦੇ ਉਹਦੇ ਨਾਲੋਂ ਬੈਟਰ ਪ੍ਰੋਡਕਟ ਹੈ ਜੀ ਇਹ, ਕਿਉਂਕਿ ਇੰਟਰਲੋਕ ਟਾਈਲ ਟੁੱਟ ਜਾਂਦੀ ਹੈ, ਇਹ ਬ੍ਰੇਕ ਨਹੀਂ ਹੋਊਗੀ, ਸਾਡੀ ਫੁੱਲ ਗਰੰਟੀ ਹੈ। ਇਹ ਵੀ ਕੰਕਰੀਟ, ਇਹ ਕੰਕਰੀਟ ਦੇ ਹੀ ਪ੍ਰੋਡਕਟ ਹੈ ਸਾਰੇ। ਇੱਕ ਆਹ ਤਾਂ ਬੰਦੇ ਦੱਸਿਓ ਲੰਬਾ ਲੰਬਾ ਜਿਵੇਂ ਬੱਤੇ ਟਾਈਪ, ਇਹ ਵੀ ਪੇਵਰਸ ਨੇ ਜੀ, ਇਹ ਸੜਕਾਂ 'ਤੇ ਹੈਵੀ ਡਿਊਟੀ ਹੈ ਜਿੱਥੇ ਟਰੱਕ ਚੱਲਣੇ ਆ। ਇਹ ਨਵਾਂ ਲੇਟੈਸਟ ਡਿਜ਼ਾਈਨ ਆਇਆ ਡੁਬਈ 'ਚ ਮੈਂ ਦੇਖਿਆ ਸੀਗਾ। ਓਕੇ, ਇਹ ਡੁਬਈ ਉੱਥੇ ਲੱਗਿਆ ਹੋਇਆ ਸੀਗਾ, ਇਹ 16 ਇੰਚ ਬਾਏ 3 ਇੰਚ ਦੀ ਇਹ ਟਾਈਲ ਹੈਗੀ ਆ ਇਹ। ਬਾਈ ਸੁਖਦੇਵ ਸਿੰਘ ਮੈਸਤਰੀ ਜਿਹੜੇ ਕਿ ਇੱਥੇ ਕੰਮ ਕਰਦੇ ਪਏ ਆ, ਇਹਨਾਂ ਤੋਂ ਲੈਂਦੇ ਆ। ਹੋਰ ਬਾਈ ਕੀ ਹਾਲ ਹੈ? ਠੀਕ ਆ ਬਾਈ ਜੀ, ਵਧੀਆ। ਅਤੇ ਮੈਂ ਕੰਮ ਵੇਖਿਆ ਬਹੁਤ ਸੋਹਣਾ ਹੋਇਆ ਵਾ ਤੁਹਾਡਾ। ਜੇ ਆਪਾਂ ਗੱਲ ਕਰਦੇ ਹਾਂ ਇਹ ਇੱਟਾਂ ਨਾਲੋਂ ਅਤੇ ਬਲੋਕ ਦਾ ਕਿੰਨਾ ਕੁ ਫਰਕ ਆ? ਇਹ ਮੰਨ ਕੇ ਚੱਲੋ ਜੀ, ਜਿਵੇਂ ਮੰਨ ਲਓ ਆਪਣਾ ਇੱਕ ਬਲੋਕ ਆ ਅਤੇ 11 ਇੱਟਾਂ ਕਵਰ ਕਰ ਲੈਂਦਾ ਜੀ। ਇਸ ਤਰ੍ਹਾਂ ਦਾ ਹੈਗਾ ਜੀ 8 ਇੰਚ ਹੀ ਆਪਣਾ। ਓਕੇ, ਉਚਾਈ? ਉਚਾਈ ਹਾਂਜੀ। ਅਤੇ ਇਸ ਤਰ੍ਹਾਂ ਹੈਗੀ 16 ਇੰਚ। 16 ਇੰਚ ਹਾਂਜੀ। ਅਤੇ ਜੇ ਆਪਾਂ ਇਹਨੂੰ ਖੜ੍ਹਾ ਕਰਦੇ ਹਾਂ, ਇਸ ਤਰ੍ਹਾਂ ਹੈਗੀ ਆਪਣੀ 9 ਇੰਚ ਜੀ। ਅੱਛਾ, ਪੂਰਾ 9 ਇੰਚ? 9 ਇੰਚ ਹਾਂਜੀ। ਠੀਕ ਆ, ਠੀਕ ਆ। ਅਤੇ ਇਹ ਤਾਂ ਫਿਰ ਜਿਵੇਂ ਕਿ ਛੇਤੀ ਛੇਤੀ ਲੱਗ ਜਾਂਦੇ ਹੋਣੇ ਆ? ਬਹੁਤ ਜਲਦੀ ਲੱਗਦੇ ਆ ਜੀ ਇਹ। ਪਰ ਲੈਵਲ ਲੁਵਲ ਤਾਂ ਕਰਨਾ ਪੈਂਦਾ ਉਹ ਹਰ ਬਲੋਕ ਦਾ? ਨਹੀਂ, ਹਰ ਬਲੋਕ ਦਾ ਜੀ ਇਹ, ਮੰਨ ਲਓ ਆਪਾਂ ਥੱਲੋਂ ਲੈਵਲ ਕਰ ਲਿਆ ਇੱਕ ਸਾਰ, ਅਤੇ ਬਾਅਦ 'ਚ ਇੱਕੋ ਸਾਰ ਰੇਸ਼ਾ ਯਾਨੀ ਕਿ ਬਰਾਬਰ ਹੋ ਜਾਂਦਾ, ਆਪਾਂ ਜਿੰਨਾ ਕੁ ਮਸਾਲਾ ਪਾਉਂਦੇ ਉਸ ਹਿਸਾਬ ਨਾਲ ਬਰਾਬਰ ਬਰਾਬਰ ਤੋਰਾ ਕਰਕੇ ਤੁਰਿਆ ਜਾਈ। ਇਹ ਵਾਲੇ ਇਹਦੀ ਥਰਮਾਕੋਲ ਆ? ਹਾਂਜੀ, ਇਹ ਥਰਮਾਕੋਲ ਜਿੰਨੇ ਮੰਨ ਲਓ ਬਾਹਰਲੀ ਬਾਉਂਡਰੀ ਆ ਆਪਣੀ, ਹਾਂ ਹਾਂ ਬਾਹਰ, ਅਤੇ ਇਹ ਬਾਰ ਬਾਰ ਆਪਾਂ ਲਾਏ ਸਾਰੇ ਪਾਸੇ ਕਵਰ ਕੀਤੀ ਹੈ। ਠੀਕ ਆ।
ਇਹ ਆਪ ਕੱਟਣੇ ਪੈਂਦੇ ਤੁਹਾਨੂੰ? ਇਹ ਨਹੀਂ ਜੀ ਨਹੀਂ, ਇਹ ਕੰਪਨੀ ਵਾਲੇ ਪਾਸੇ ਆਪਾਂ ਨੂੰ ਬਣੇ ਦੇਣੇ ਆ, ਜਿਹਨਾਂ ਤੋਂ ਬਲੌਕ ਲਏ ਆ ਉਹ ਹੀ ਦਿੰਦੇ ਆ? ਹਾਂਜੀ ਉਹਨਾਂ ਕੋਲ ਹੀ ਆਏ ਆਪਣੇ ਸੇਮ ਇਹ। ਓਕੇ, ਇਹ ਐਂ ਪੈ ਗਿਆ? ਹਾਂਜੀ ਹਾਂਜੀ ਐਂ ਪੈ ਗਿਆ ਜੀ। ਇਹਦਾ ਆਹ ਵਾਲਾ ਇਹਦਾ ਸਾਈਜ਼ ਆ, ਕਿਵੇਂ ਦੱਸੋ ਕਿੰਨਾ ਕਿੰਨਾ ਇਹਦਾ ਸਾਈਜ਼? ਇਹਦਾ ਸਾਈਜ਼ ਆਹ ਵਾਲੀ ਚੀਜ਼ ਆ ਜਿਹੜੀ ਮੰਨ ਕੇ ਚੱਲੋ ਜੀ ਆਪਣੀ 4.5 ਇੰਚੀ ਆ ਜੀ ਇਹ। ਇਹ ਤਾਂ ਵਿਚਲਾ ਹੋ ਗਿਆ ਸਰ। ਹਾਂਜੀ ਵਿਚਲਾ ਹੋਣਾ ਪੈਂਦਾ ਹੈ। ਹਾਂਜੀ ਹਾਂਜੀ ਐਂ ਪੈ ਜੂਗਾ ਬਸ ਇਹਨੂੰ। ਅੱਛਾ, ਮਾੜਾ ਥੋੜਾ ਪੈਰ ਨਾਲ ਦਬਾ ਦੇ ਦਿਓ ਤੇ ਅੰਦਰ ਜਾ ਵੜਿਆ ਜੀ, ਬਿਲਕੁਲ ਬਰਾਬਰ ਉੱਪਰ ਲੂਜ ਜਿਹਾ ਨਹੀਂਗਾ। ਹਾਂਜੀ ਲੂਜ ਨਹੀਂਗਾ, ਬਿਲਕੁਲ ਟਾਈਟ ਹੋ ਜਾਂਦਾ ਜੀ ਇਹ। ਆਹ ਜਿਹੜੀ ਆਪਣੀ ਕੋਠੀ ਹੈ ਕਿੰਨੇ ਹੈਗੀ ਸਕੁਅਰ ਫੁੱਟ? ਇਹ ਆਪਣੀ ਬਣ ਜਾਂਦੀ 2200 ਸਕੁਅਰ ਫੁੱਟ ਬਣ ਜੂ ਆਪਣੀ। ਅਤੇ ਇਹਦੀਆਂ ਨੀਆਂ ਵੀ ਇਸੇ ਨਾਲ ਹੀ ਚੱਕੀਆਂ ਕਿ ਨੀਆਂ ਦੇ ਵਿੱਚ ਇੱਟ ਵਗੈਰਾ ਲਾਈ ਆ? ਨਹੀਂ, ਨਿਊਆਂ ਦੇ ਵਿੱਚ ਕੁਛ ਆਪਣੀ ਪੁਰਾਣੀ ਇੱਟ ਪਈ ਸੀਗੀ, ਜਿਵੇਂ ਮੰਨ ਲਓ ਇੱਕ ਆਪਾਂ ਇੱਟ 3 ਇੱਟ ਦਾ ਨਾ ਰਤਾ ਉਹ ਥੱਲੇ ਥੱਲੇ ਲਾਇਆ ਆਪਣਾ। ਅੱਛਾ, ਵੀ ਵੇਸਟ ਇੱਟ ਜਾਣੀ ਕਿ ਉਹ ਥੱਲੇ ਕਰਤੀ, ਉਦੋਂ ਬਾਅਦ 'ਚ ਆਪਣੇ ਇਹ ਬਲੋਕਾਂ ਨਾਲ ਹੀ ਨਿਊ ਨਿਕਲੀ ਹੈ ਜੀ ਸਾਰੀ, ਜਿਹੜੇ ਠੋਸ ਆਪਣੇ ਇੱਥੇ ਠੋਸ ਵੀ ਪਏ ਆ ਜੀ, ਇਹ ਠੋਸ ਨਾਲ ਆਪਣੀ ਲੱਗੀ ਹੋਈ ਆ ਸਾਰੀ। ਮਜ਼ਬੂਤੀ ਕਿੰਨੀ ਕਾ ਯਾਰ? ਇਹਦੀ ਮਜ਼ਬੂਤੀ ਬਹੁਤ ਹੈ, ਇਹ ਮੰਨ ਕੇ ਚਲੋ ਹੈਵੀ ਹੈ 4 ਚਪੇਰਿਓ। ਹਾਂ, ਇਹ ਕਹਿ ਰਹੀ ਇਹਦੇ 'ਚ ਪੋਲ ਹੈ ਨਹੀਂ, ਇਹਦਾ ਬਲੌਕ ਪੂਰਾ ਜਾਨੀ ਕਿ ਠੋਸ ਆ ਹਨਾ। ਹਾਂਜੀ, ਇਹ ਕਿੱਥੇ ਲਾਉਣੇ ਫਿਰ ਇਹ ਵਾਲਾ? ਇਹ ਆਪਣਾ ਨਿਊਆਂ 'ਤੇ ਵੀ ਕੰਮ ਆ ਜਾਂਦਾ ਜੀ ਆਪਣਾ, ਥੱਲੇ ਜਦੋਂ ਆਪਾਂ ਨਿਊ ਕੱਢਣੀ ਆ। ਠੀਕ ਆ, ਉਹਦੀ ਤਰ੍ਹਾਂ ਦਾ ਇਹ ਕੰਮ ਦਿੱਤਾ ਜੀ ਆਪਾਂ ਨੂੰ ਇਹਨਾਂ ਨੇ। ਠੀਕ ਆ, ਅਤੇ ਇਸੇ ਨਾਲ ਹੀ ਆਪਣੀਆਂ ਨਿਊਆਂ ਨਿਕਲੀ ਹੋਈਆਂ ਸਾਰੀਆਂ। ਅਤੇ ਇਹਦੇ ਨਾਲ ਸੀਮੈਂਟ ਦੀ ਖਪਤ ਕਿੰਨੀ ਕੁ ਰਹਿੰਦੀ ਆ? ਸੀਮੈਂਟ ਹੁਣ ਮੰਨ ਕੇ ਚੱਲੋ ਜੀ ਆਪਣੀਆਂ 50 ਫੁੱਟ ਦੀਵਾਰ ਲੰਮੀ ਆ, 5 ਫੁੱਟ ਉੱਚੀ ਆ ਇਹ ਵਾਲੀ। ਹਾਂਜੀ, ਅਤੇ ਮੰਨ ਲਓ ਅੱਧੀ ਦਿਹਾੜੀ ਦੇ ਵਿੱਚ ਅਸੀਂ ਕੱਢੀ 1 ਬੋਰੀ ਦੇ ਨਾਲ, ਸੀਮੈਂਟ ਦੀ 1 ਬੋਰੀ ਲੱਗੀ ਆਪਣੀ। ਅੱਛਾ, ਅਤੇ ਜੇ ਆਪਾਂ ਇੱਟ ਲਾਉਂਦੇ ਤਾਂ ਮੇਰੇ ਹਿਸਾਬ ਨਾਲ 3 ਬੋਰੀਆਂ ਤਾਂ 4 ਬੋਰੀਆਂ 4 ਲੱਗਣੀਆਂ ਸੀ ਘੱਟੋ ਘੱਟ ਇੰਨੀ ਜਗ੍ਹਾ 'ਤੇ। ਠੀਕ ਆ, ਅਤੇ ਇਹਦੀ ਸਫਾਈ ਜਿਵੇਂ ਕਿ ਦੋਨਾਂ ਪਾਸੇ ਤੋਂ ਇੰਨੀ ਰਹਿੰਦੀ ਆ? ਹਾਂਜੀ, ਦੋਨਾਂ ਪਾਸੇ ਸੇਮ ਆ ਸਫਾਈ ਇਹਦੀ ਜੀ, ਇਹ ਕਿਉਂਕਿ ਇੱਕੋ ਜਿਹੇ ਬਣੇ ਹੋਏ ਨਾ ਦੋਨਾਂ ਪਾਸੇ ਹੀ ਹੈ, ਅਤੇ ਜਿਵੇਂ ਮੰਨ ਲਓ ਆਪਣਾ ਇਹ ਫੱਟੀ ਦੇ ਵਿੱਚ ਇੱਧਰ ਆ ਅਤੇ ਉਵੇਂ ਹੀ ਫੱਟੀ 'ਚ ਹੀ ਆਪਣਾ ਉੱਧਰਲੇ ਪਾਸੇ ਆਈ ਹੈ। ਅਤੇ ਫਿਰ ਜਦੋਂ ਆਪਾਂ ਇੰਨੀ ਸਫਾਈ ਦੋਨੇ ਪਾਸੇ ਜੋ ਪਲਾਸਟਰ ਕਰਾਂਗੇ, ਸੀਮੈਂਟ ਵੀ ਘੱਟ ਚੜੂਗਾ? ਬਿਲਕੁਲ ਘੱਟ, 0% ਪਲਾਸਟਰ ਚੜੂਗਾ ਜੀ ਇਹ 'ਤੇ, ਬਿਲਕੁਲ 0। ਠੀਕ ਆ, ਅਤੇ ਔਰ ਕਿਉਂਕਿ ਇਹਦੇ ਵਿੱਚ ਰਫ ਜ਼ਿਆਦਾ ਬਣਿਆ ਹੋਇਆ ਹਨਾ। ਹਾਂਜੀ ਹਾਂਜੀ, ਪਕੜ ਵੀ ਵੱਧ, ਪਕੜ ਵੱਧ ਹੈ ਜੀ ਇਹ ਚੀਜ਼ ਦੀ ਤਾਂ। ਅਤੇ ਜਿਹੜੇ ਇਹ ਵਿੱਚ ਪਿੱਲਰ ਲਾਏ ਹੋਏ ਆ ਜੀ ਆਪਣੇ, ਇਹ ਪਿੱਲਰ ਲਾਏ ਜੇ ਮੰਨ ਲਓ ਆਪਣਾ ਨਾ ਜਿਹੜਾ ਇਹ ਲੈਂਟਰ ਆਪਣੀ ਡਬਲ ਹਾਈਟ ਆ ਜੀ ਇਹਦੀ। ਅੱਛਾ, ਅਤੇ ਇਹ ਜਿਹੜੀ ਲੋਬੀ ਦੀ ਆਪਣੀ ਜਿਹੜੀ ਲੰਬਾਈ ਆ ਨਾ ਇਹਦੀ 20 ਫੁੱਟ 6 ਇੰਚ ਆਪਣੀ, ਜਿਹੜੀ ਉੱਪਰਲੀ ਛੱਤ ਦਾ ਆਪਾਂ ਵਜ਼ਨ ਚੁਕਾਉਣ ਵਾਸਤੇ ਇਹਨਾਂ ਦਾ ਦਿੱਤਾ ਹੋਇਆ ਜੀ, ਇਹ ਆਪਾਂ ਨੂੰ ਪਿੱਲਰ ਕੱਢੇ ਆ ਜੀ, ਹੋਰ ਆਪਾਂ ਪਿੱਲਰ ਕਿਸੇ ਪਾਸੇ ਕੋਈ ਨਹੀਂ ਲੱਗੇ, ਜੇ ਲੱਗੇ ਤਾਂ ਸਿਰਫ ਇੰਨੇ ਵਾਏ 'ਤੇ ਲੱਗੇ ਜਿਹੜੇ ਲੱਗੇ। ਇਹ ਮੈਂ ਅੱਗੇ ਵੀ ਪਹਿਲਾਂ ਵੀ ਗੱਲ ਕੀਤੀ ਆ ਅਤੇ ਕਾਫੀ ਦਰਸ਼ਕ ਵੀਰ ਆਪਣੀ ਵੀਡੀਓ ਵੇਖਣ ਤੋਂ ਬਾਅਦ ਕਮੈਂਟ ਵੀ ਕਰਨਗੇ ਵੀ ਅੱਜ ਤੋਂ ਕੋਈ 10-15 ਸਾਲ ਪਹਿਲਾਂ ਚੱਲੇ ਸੀ ਬਲੌਕ ਦਾ ਕੰਮ ਬਹੁਤ ਚੱਲਿਆ ਸੀ। ਹਾਂਜੀ ਹਾਂਜੀ, ਪਰ ਉਹ ਜਿਹਨੇ ਲਗਾਏ ਉਹ ਪਛਤਾਉਂਦਾ ਹੀ ਆ, ਬਾਅਦ ਦੇ ਵਿੱਚ ਦੁਬਾਰਾ ਨਹੀਂ ਲਵਾਏ। ਨਹੀਂ ਉਹ ਪਤਾ ਕੀ ਚੱਕਰ ਆ ਜੀ, ਕਹਿੰਦਾ ਮਤਲਬ ਆ ਵੀ ਉਹ ਦੇਸੀ ਜਗਾੜ ਸੀਗਾ। ਅੱਛਾ, ਜਿਵੇਂ ਹੁਣ ਆਪਾਂ ਘਰਾਂ ਦੇ ਵਿੱਚ ਬਣਾਉਣ ਲੱਗ ਗਏ ਨੇ, ਕੋਈ ਫਰਮਾ ਲਿਆ ਕੇ ਚੀਜ਼ ਆ ਵੀ ਆ ਮਸਾਲਾ ਬਣਾ ਲਿਆ ਆਪਾਂ ਸਸਤਾ ਆ ਅਤੇ ਬਣਾ ਤੇ ਬਲੌਕ, ਉਹ ਕੋਈ ਕਾਮਯਾਬ ਨਹੀਂ। ਹੁਣ ਇਹ ਜਿਹੜੀ ਕੰਪਨੀ ਦੇ ਬਲੌਕ ਆ ਨਾ, ਇਹ ਵਾਈਬ੍ਰੇਸ਼ਨ ਦਾ ਬਲੌਕ ਹੋ ਕੇ ਤਿਆਰ ਹੋਇਆ ਜੀ ਆਪਣੇ। ਅੱਛਾ, ਇਸ 'ਤੇ ਤੁਸੀਂ ਜਿੰਨਾ ਮਰਜ਼ੀ ਵਜ਼ਨ ਚੱਕ ਲਓ, ਇਹ ਤਾਂ ਨਾ ਫਿੱਸਣਗੇ ਨਾ ਟੁੱਟਣਗੇ ਕਿਸੇ ਪਾਸੇ। ਉਹ ਕੰਪਨੀ ਬਹੁਤ ਵਧੀਆ ਜੀ ਇਹ, ਮੰਨ ਲਓ ਜਿੱਥੋਂ ਬਲੌਕ ਆਏ ਆ ਵੀ ਕੋਈ ਲਾਂਭਾ ਨਹੀਂ ਕਾਹੀ ਚੀਜ਼ ਦਾ ਵੀ। ਠੀਕ, ਚਲੋ ਜੀ ਇਹਦੇ ਵਿੱਚ ਨਾ ਲਕੀਰ ਦਿੱਤੀ ਹੋਈ ਪਈ ਆਪਣੀ। ਹਾਂ, ਜੇ ਆਪਾਂ ਅੱਧਾ ਬਣਾਉਣਾ ਨਾ ਇਹਨੂੰ, ਓਕੇ, ਅਤੇ ਥੋੜ੍ਹੇ ਛਣੀ ਨਾਲ ਇਸ ਚੀਜ਼ ਦਾ ਆਪਾਂ ਅੱਧਾ ਬਣ ਜਾਣਾ। ਠੀਕ ਆ, 2 ਪੀਸ ਬਣ ਜਾਣਗੇ ਸੈਂਟਰ ਦੇ ਵਿੱਚੋਂ। ਉਹਨਾਂ ਨੇ 4 ਚਪੇਰ ਜਿਵੇਂ ਆਪਾਂ, ਹਾਂਜੀ ਹਾਂਜੀ, ਜੇ ਅੱਧੇ ਜੇ ਅੱਧੇ ਦੀ ਲੋੜ ਪੈਂਦੀ ਹੁਣ ਬਾਈ ਚਾਂਸ ਮੰਨ ਕੇ ਚੱਲੀਏ ਆਪਣਾ ਇੱਥੇ, ਹਾਂ ਜਿਵੇਂ ਆਹ ਕੁਛ, ਹਾਂਜੀ ਇੱਦਾਂ ਲੱਗਿਆ ਹੋਇਆ ਜੀ, ਇੱਥੇ ਅੱਧਾ ਲੱਗਾ ਹੋਇਆ, ਸਾਰਾ ਅੱਧਾ ਲੱਗਾ ਹਰ ਦੂਜੇ ਵਾਰ ਦੇ ਵਿੱਚ। ਹਾਂਜੀ ਹਾਂਜੀ, ਠੀਕ ਆ। ਇੱਟਾਂ ਨੂੰ ਕਿੰਨਾ ਕੁ ਮਹਿੰਗਾ ਪੈਂਦਾ ਹੈ? ਇੱਟਾਂ ਨੂੰ ਮਹਿੰਗਾ ਤਾਂ ਨਹੀਂ ਆਪਾਂ ਕਹਿ ਸਕਦੇ, ਠੀਕ ਹੀ ਪੈ ਜਾਂਦਾ, ਇੱਟਾਂ ਨਾਲੋਂ ਸਸਤਾ ਪੈਂਦਾ ਇੱਕ ਹਿਸਾਬ ਦਾ। ਕਿਵੇਂ? ਹੁਣ ਇਹ ਪਲਾਸਟਰ ਦੀ ਆਪਣਾ ਬਹੁਤ ਫਾਇਦਾ ਜੀ, ਆਪਾਂ ਮੰਨ ਲਓ ਜੇ ਘਰ ਲੱਗਦੇ ਆਪਾਂ ਨੂੰ ਪਲਾਸਟਰ ਕਰਨ ਦੀ, ਇਹ 'ਤੇ ਲੋੜ ਨਹੀਂ ਬਿਲਕੁਲ ਵੀ। ਵਾਲ ਪੇਪਰ ਜਾਂ ਵਾਲ ਪੱਟੀ ਜਾਂ POP ਤੁਸੀਂ ਇਹ 'ਤੇ ਗਰੈਂਡਰ ਮਾਰ ਕੇ POP ਵਾਲ ਪੱਟੀ ਬਿਲਕੁਲ ਖੜ ਜੂਗਾ ਜੀ।
ਇਹਦੇ ਉੱਪਰ ਤੁਸੀਂ ਗਰੈਂਡਰ ਮਾਰੋ, ਆਹ ਚੀਜ਼ ਆ ਜਿਹੜੀ ਬਿਲਕੁਲ ਸਾਫ਼ ਹੋ ਜੂ, ਬਾਲ ਪੱਟੀ ਖੜ ਜੂ ਇਹ 'ਤੇ ਆਪਣੀ ਸਲਾਬ ਦੇ ਨਾਲ ਫਿਸਦੇ? ਨਾ ਨਾ ਨਾ, ਫਿਸਣ ਵਾਲਾ ਕੰਮ ਹੀ ਹੈ, ਬਿਲਕੁਲ ਸਲਾਬ ਇਹਨਾਂ ਨੂੰ ਚੜ੍ਹਦੀ ਹੈ? ਨਹੀਂ ਚੜ੍ਹਦੀ ਜੀ, ਬਿਲਕੁਲ ਨਹੀਂ ਚੜ੍ਹਦੀ। ਅਤੇ ਫਿਰ ਜਦੋਂ ਆਪਾਂ ਤਰਕ ਕਰਨਾ ਉਦੋਂ ਫਿਰ ਕਿਵੇਂ ਸਲਾਬੀ ਦੇ ਇਹ? ਇਹ ਤਾਂ ਮਤਲਬ ਕੌਂਗਰੇਟ ਹੈ, ਬਜਰੀ ਆ ਇਹ 'ਤੇ ਆਪਾਂ ਮਾੜਾ ਜਿਹਾ ਪਾਣੀ ਪਾਉਂਦੇ ਹਾਂ, ਸਲਾਬ ਹੋ ਜਾਂਦੀ ਗਿੱਲੀ, ਜਦੋਂ ਮਤਲਬ ਸੁੱਕਦੇ ਤਾਂ ਪੂਰਾ ਸੁੱਕ ਜਾਂਦੀ ਹੈ। ਅੱਛਾ, ਮੇਨ ਚੀਜ਼ ਤਾਂ ਇਹ ਆ ਨਾ ਵੀ ਆਪਣੇ ਦੇਖੋ ਲੱਖਾਂ ਰੁਪਏ ਆਪਾਂ ਕੋਠੀ 'ਤੇ ਲਾ ਦਿੱਤਾ, ਬਿਲਕੁਲ ਜੀ, ਰੰਗ ਬਿਨਾਂ ਕੋਠੀ ਸੋਹਣੀ ਨਹੀਂ ਲੱਗਦੀ। ਰੰਗ ਹਜੇ ਘਰ ਹੀ ਹੁੰਦੇ ਆ, ਮਤਲਬ ਕਿ ਇੱਕ ਪਾਸੇ ਰੰਗ ਕਰਦੇ ਕਰਦੇ ਐਸ ਗੁੱਠ ਜਾਂਦੇ ਅਤੇ ਉਹਨੂੰ ਪੇਪੜ ਜਿਹਾ ਬਣ ਕੇ ਰੰਗ ਲੈਣ ਲੱਗ ਪੈਂਦਾ। ਇਹ ਤਾਂ ਚੀਜ਼ ਨਹੀਂ ਮਿਲੂਗੀ ਆਪਣੀ, ਉਹ ਆਪਣੀ ਨਾ ਇੱਟ ਦੇ ਵਿੱਚ ਮੰਨ ਕੇ ਚੱਲੀਏ ਆਪਾਂ ਲੂਣ ਬਹੁਤ ਪਾਉਂਦੇ ਉਹ ਚੀਜ਼ ਦਾ ਜੀ, ਉਹ ਲੂਣ ਦਾ ਛੋਰਾ ਬਣ ਜਾਂਦਾ, ਇਹਦੇ ਵਿੱਚ ਕੋਈ ਲੂਣ ਨਹੀਂ ਪਾਇਆ, ਕੋਈ ਵਾਸਤਾ ਨਹੀਂ ਹੈਗਾ ਜੀ। ਅੱਛਾ, ਮੰਨ ਕੇ ਚੱਲੋ ਇਹ ਵਾਲੀ ਆਪਣੀ ਕੰਧ 'ਤੇ ਸਿੱਧੀ ਧੁੱਪ ਪੈਂਦੀ ਹੈ ਹੈ ਨਾ? ਹਾਂਜੀ ਹਾਂਜੀ। ਅੰਦਰ ਕਿੰਨਾ ਕੁ ਟੈਂਪਰੇਚਰ ਡਾਊਨ ਹੋਊਗਾ? ਜੇ ਅੰਦਰੋਂ ਜੇ ਆਪਾਂ ਬਾਹਰ ਦੇ ਹਿਸਾਬ ਨਾਲ ਲਾਈਏ, ਜੇ ਆਪਣੀ ਬਾਹਰ 45 ਡਿਗਰੀ ਹੈ ਨਾ ਜੀ, ਅਤੇ ਅੰਦਰ ਆਪਣੀ 30 ਜਾਂ 35 ਦੇ ਤੱਕ ਡਿਗਰੀ ਰਹਿ ਸਕਦੀ, ਘੱਟ ਸਕਦੀ, 10 ਡਿਗਰੀ ਘਟੂਗਾ, ਘੱਟ ਜੂਗਾ ਜੀ ਆਪਣਾ, ਯਾਨੀ ਕਿ ਫਰਕ ਰਹਿ ਜੂਗਾ, ਠੰਡਾ ਰਹੂਗਾ ਜੀ ਥੋੜ੍ਹਾ ਜਿਹਾ, ਉਹਦੇ ਨਾਲ ਆਪਣਾ ਬਿਜਲੀ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹ ਚੀਜ਼ ਦਾ, ਕਿਉਂਕਿ ਉਹਨਾਂ ਏਸੀ ਟ੍ਰਿਪ ਕਰੂਗਾ ਨਾ। ਹਾਂਜੀ ਹਾਂਜੀ ਹਾਂਜੀ, ਏਸੀ ਦਾ ਯਾਨੀ ਕਿ ਬਹੁਤ ਜ਼ਿਆਦਾ ਹੈ, ਮੰਨ ਲਓ ਥੋੜ੍ਹਾ ਜਿਹਾ ਆਪਾਂ ਛੱਡਾਂਗੇ ਤਾਂ ਆਪਣਾ ਕਮਰਾ ਕੂਲਿੰਗ ਵੱਧ ਦਊਗਾ ਜੀ ਇਹਦੇ ਨਾਲੋਂ, ਇਹ ਤਾਂ ਹੁੰਦਾ ਜੀ, ਸਹੀ ਹੈ। ਆ ਤਾਂ ਜਿਵੇਂ ਮੈਂ ਇੱਥੋਂ ਉੱਪਰੋਂ ਵੇਖ ਰਿਹਾ ਇਹ ਵਾਲੇ ਜਿਹੜੇ ਬਲੋਕ ਆ, ਇਹਦੇ ਵਿੱਚ ਤਾਂ ਥਰਮੋਕੋਲ ਨਹੀਂ ਪਾਇਆ ਹੋਇਆ? ਇਹ ਆਪਣਾ ਉ੪ਰਲਾ ਵਾਲਾ ਹੀ ਲਾਸਟ ਹੀ, ਇਹਦੇ ਵਿੱਚ ਨਾ ਆਪਣੀ ਮੰਨ ਲਓ ਬੀਮ ਰੱਖ ਕੇ ਇਹਨਾਂ ਦੇ ਉੱਪਰ, ਅਤੇ ਆਪਣੀ ਬਜਰੀ ਇਹਨਾਂ ਦੇ ਵਿੱਚ ਜਾਊਗੀ ਪੂਰੀ ਤਾਕਤ, ਇਹ ਲੈਂਟਰ ਤੇ ਆ ਗਿਆ ਕੰਮ? ਹਾਂਜੀ ਇਹ ਲੈਂਟਰ ਤੇ ਆ ਗਈ, ਇਹਦੂ ਥੱਲੇ ਆਪਣੀ ਥਰਮੋਕੋਲ ਪਾਈ ਸਾਰਿਆਂ 'ਚ। ਓਕੇ, ਅਤੇ ਇਹ ਵੇ ਜਿਹੜੀਆਂ ਸੈਂਟਰ ਵਾਲੀਆਂ ਕਹਿੰਦੇ ਇਹਨਾਂ ਦੀ ਤਾਂ ਲੋੜ ਨਹੀਂ, ਇਹ ਠੋਸ ਆ ਜੀ ਆਪਣੇ ਨਿਗਰ, ਇਹਨਾਂ ਦੇ ਵਿੱਚ ਨਹੀਂ ਲੋੜੇ, ਅੰਦਰ ਆ ਗਈ ਆਪਣੀ ਜੀ। ਠੀਕ ਆ ਠੀਕ, ਬਾਰ ਬਾਰ ਆਪਣਾ ਸਾਰੇ ਪਾਸੇ ਇਹੀ ਚੀਜ਼ ਲੱਗੀ ਹੈ ਜੀ। ਹਾਂ ਓਕੇ ਓਕੇ, ਜਿਵੇਂ ਇੱਥੇ ਆਪਾਂ ਕੰਧ ਕਰ ਲੱਗੇ ਤੇ ਦਾੜਾ ਬਣਾਇਆ ਦਾ? ਹਾਂਜੀ ਇਹ ਦਾੜੇ ਬਣੇ ਹੋਏ ਜੀ ਆਪਣੇ। ਅੱਛਾ, ਦਾੜੇ ਉਸੇ ਤਰ੍ਹਾਂ ਬਣਾਉਣੇ ਪੈਂਦੇ ਆ? ਹਾਂਜੀ ਇਹ ਕੱਟ ਕੇ ਲੱਗੇ ਹੋਏ ਆਪਣੇ ਕੱਟਣ ਵਾਲੇ ਜੀ ਦਾੜੇ। ਤੇ ਇੱਥੋਂ ਜਦੋਂ ਗਾਂਹ ਮਿਸਤਰੀ ਆਇਆ, ਫਿਟਿੰਗ ਆ ਗਿਆ, ਪਲੰਬਰ ਆ ਗਿਆ, ਹਾਂਜੀ ਉਹਨੂੰ ਝਰੀ ਮਾਰਨੀ ਸੌਖੀ ਹੈ ਇਹ? ਹਾਂਜੀ ਝਰੀ ਮਾਰਨੀ ਸੌਖੀ ਹੈ, ਤੁਸੀਂ ਇੱਥੇ ਮਾੜਾ ਵੇਖੋ ਜੀ ਇਹਦੇ ਵਿੱਚ ਨਾ 1.5 ਇੰਚ ਆ ਸਿਰਫ ਹੀ, ਜਦੋਂ ਮੰਨ ਲਓ ਕੱਟ ਦਾ ਬਲੇਡ ਦਾ ਆਪਣਾ 2 ਇੰਚ ਦਾ ਬਲੇਡ ਹੁੰਦਾ, 1.5 ਇੰਚ ਦਾ, ਉਹ ਆਰਾਮ ਨਾਲ ਅੰਦਰ ਤੱਕ ਚਲਾ ਜਾਊਗਾ ਜੀ ਆਪਣਾ। ਠੀਕ ਆ, ਤੇ ਉਦੋਂ ਗਾਂਹ ਆਪਣੀ ਉਹ ਪੋਲੀ ਅੰਦਰਲੇ ਪਾਸੇ, ਤੇ ਆਰਾਮ ਨਾਲ ਉਹਨੂੰ ਝਰੀ ਕੱਢਣੀ ਸੌਖੀ ਹੈ ਜੀ। ਕਿਉਂਕਿ ਸ਼ੈਨੀ ਮਾਰੋ ਤੇ ਝਰੀ ਬਾਹਰ। ਹਾਂਜੀ, ਤੇ ਜਦੋਂ ਆਪਾਂ ਇਹ ਮਿਸਤਰੀ ਲਾਉਣੇ ਆ ਹਨਾ, ਹਾਂਜੀ ਜਿਹੜੇ ਬਲੌਕ ਲਾ ਰਹੇ ਆ, ਹਾਂਜੀ ਇਹਦਾ ਫਿਰ ਹਰ ਵਾਰੀ ਲੈਵਲ ਜਾਂ ਸਾਲ ਵੇਖਣੀ ਪੈਂਦੀ ਆ? ਹਾਂਜੀ, ਸੂਤ ਨਾਲ ਹੀ ਕੰਮ ਚੱਲੀ ਜਾਂਦਾ? ਨਹੀਂ, ਜਦੋਂ ਮੰਨ ਲਓ ਆਪਾਂ ਨਵਾਂ ਰਤਾ ਧਰਦੇ ਹਾਂ, ਇੱਕ ਲੱਗ ਕੇ ਦੂਜਾ ਰਤਾ ਧਰਦੇ, ਉਹ ਤਾਂ ਸਾਲ ਤਾਂ ਆਪਾਂ ਨੂੰ ਵੇਖਣੀ ਪਊਗੀ। ਅੱਛਾ, ਨਹੀਂ ਜਿਵੇਂ ਹੁਣ ਬਲਾਕ ਤੋਂ ਨਵਾਂ ਲਾਇਆ? ਹਾਂਜੀ ਆਹ ਲਾ ਲਿਆ ਜੀ। ਠੀਕ ਆ, ਇਹ ਤਾਂ ਸਟਾਰਟਿੰਗ ਦੇ ਸਾਲ ਵੇਖ ਲਈ ਆਪਾਂ, ਹਾਂ ਅਤੇ ਸਟਾਰਟਿੰਗ 'ਤੇ ਆਪਾਂ ਉੱਧਰ ਵੇਖ ਲਈ। ਓਕੇ, ਉਦੋਂ ਬਾਅਦ 'ਚ ਆਪਾਂ ਸੂਤ ਬੰਨ ਲਏ, ਸੂਤ ਨਾਲ ਬਿਲਕੁਲ ਬਰਾਬਰ ਕਰਕੇ ਲਾਈ ਚੱਲੇ। ਕੰਮ ਕਿੰਨਾ ਕੁ ਨਿਬੜਦਾ ਇੱਟਾਂ ਨਾਲ? ਕੰਮ ਕਾਫੀ ਨਿਬੜ ਜਾਂਦੇ, ਅੱਧੋ ਅੱਧੀ ਦਾ ਫਰਕ ਪੈ ਜਾਂਦਾ ਜੀ। ਜਿਵੇਂ ਆਪਾਂ ਜੋ ਮਕਾਨ ਪਾਉਣੇ ਆ ਅਤੇ ਕੰਧਾਂ ਹੁੰਦੀਆਂ ਜਿਵੇਂ ਪਾਸੇ ਵਾਲੀਆਂ, ਆਪਾਂ 9 ਇੰਚ ਹੀ ਰੱਖ ਲੈਂਦੇ ਹਾਂ। ਹਾਂਜੀ, ਜਿਵੇਂ ਬਾਥਰੂਮ ਹੋ ਗਿਆ, ਉਹਦੀ ਪਾਰਟੀਸ਼ਨ ਕਰਨੀ ਹੁੰਦੀ ਹੈ ਹੈ ਨਾ? ਹਾਂਜੀ, ਉਦੋਂ ਆਪਾਂ 4 ਇੰਚ ਹੀ ਕਰਦੇ ਕੰਧ, ਅਤੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਆਹ ਵੀ ਸ਼ਾਇਦ ਇਸੇ ਤਰ੍ਹਾਂ ਹੀ ਹੈ ਕੁਛ? ਹਾਂਜੀ ਇਹ ਹੈ ਤਾਂ ਇਸੇ ਤਰ੍ਹਾਂ ਹੀ ਆ, ਪਰ ਉਹਦੇ ਨਾਲੋਂ 2 ਇੰਚ ਹੀ ਚੌੜਾ ਹੀ ਆ ਆਪਣੇ ਇਹ। ਘੱਟ ਚੌੜਾ ਉਹਦੇ ਨਾਲੋਂ? ਨਹੀਂ ਇਹ ਚੌੜਾ, ਹਾਂਜੀ ਉਹਦੇ ਨਾਲੋਂ ਨਹੀਂ, ਉਹ 4 ਇੰਚ ਹੀ ਪੈ ਜਾਂਦਾ ਜੀ, ਇਹ ਆਪਣਾ 6 ਇੰਚ ਹੀ ਆ ਜੀ। ਇੱਟ ਨਾਲੋਂ? ਇੱਟ ਨਾਲੋਂ? ਹਾਂਜੀ ਇੱਟ ਨਾਲੋਂ ਚੌੜਾ ਜੀ ਇਹ। ਆਹ ਜਿਵੇਂ ਕਿ ਹੋ ਗਿਆ 8, ਇਹ 9 ਇੰਚ, 9 ਇੰਚ, ਹਾਂਜੀ ਇਹ 6 ਇੰਚ, ਇਹ 6 ਇੰਚ ਹੀ ਹੈ। ਇਸ ਤੋਂ ਬਾਅਦ ਕੁਛ ਇਹਨਾਂ ਦੇ ਹੋਰ ਪ੍ਰੋਡਕਟ ਹੈਗੇ, ਆਪਾਂ ਇਹਨਾਂ ਦੀ ਜਾਣਕਾਰੀ GS ਦਿਓਲ ਜੀ, ਗੁਰਚਰਨ ਸਿੰਘ ਦਿਓਲ, ਜੋ ਆਪਣੀ ਫੈਕਟਰੀ ਦੇ ਓਨਰ ਆ ਹੈ ਨਾ, ਇਹਨਾਂ ਪਾਸੋਂ ਲੈਂਦੇ ਹਾਂ ਜੀ। ਸਰ ਇਹ ਵਾਲੀ ਜਿਹੜੀ ਮਟੀਰੀਅਲ ਆ, ਕੀ ਚੀਜ਼ ਹੈ ਅਤੇ ਕੀ ਇਹਨੂੰ? ਹਾਂਜੀ, ਤੁਸੀਂ ਅੱਜ ਤੋਂ ਪਹਿਲਾਂ ਦੇਖਦੇ ਸੀਗੇ ਜਿਵੇਂ ਗ੍ਰੇਨਾਈਟ ਵਗੈਰਾ ਆਉਂਦਾ ਵਾ ਐਲੀਵੇਸ਼ਨ ਵਾਸਤੇ, ਉਹ ਬਹੁਤ ਮਹਿੰਗਾ ਪੈਂਦਾ ਵਾ ਜੀ, ਕੋਸਟਲੀ ਕਾਫੀ ਪੈਂਦਾ ਵਾ। ਅਸੀਂ ਉਹਦੇ ਵਿੱਚ ਹੀ ਹਾਰਡ ਮਟੀਰੀਅਲ ਅਸੀਂ ਬਣਾਤਾ, ਕੰਕਰੀਟ ਦੇ ਵਿੱਚ ਅਸੀਂ ਅਜਿਹਾ ਪ੍ਰੋਡਕਟ ਲੈ ਕੇ ਆਏ ਹਾਂ ਵੀ ਜਿਹੜਾ ਤੁਸੀਂ ਐਲੀਵੇਸ਼ਨ ਦੇ ਵਿੱਚ ਆਹ ਚੀਜ਼ ਲਾ ਸਕਦੇ ਹੋ। ਇਹ ਸਾਰੀ ਰਫ ਸਰਫੇਸ ਆ,
ਆਹ ਦੇਖੋ ਤੁਸੀਂ ਦੇਖ ਰਹੇ ਹੋ ਸਾਰੀ ਰਫ ਸਰਫੇਸ ਹੈ, ਇਹਦੇ ਵਿੱਚ ਅਸੀਂ ਮਟੀਰੀਅਲ ਬਹੁਤ ਸ਼ਾਨਦਾਰ ਬਣਾਇਆ ਵਾ ਅਤੇ ਇਹ ਸਾਰਾ ਡਿਜ਼ਾਇਨ ਅਸੀਂ ਬਾਹਰੋਂ ਸਿੰਗਾਪੁਰ ਤੋਂ ਲੈ ਕੇ ਆਏ ਹਾਂ ਜੀ। ਠੀਕ ਹੈ, ਮੈਂ ਤੁਹਾਨੂੰ ਦੱਸ ਕੇ ਵੀ ਹਟਿਆ ਜੀ, ਹੁਣ ਇਸੇ ਤਰ੍ਹਾਂ ਹੀ ਵੀ ਐਲੀਵੇਸ਼ਨ ਵਾਸਤੇ ਜਿਵੇਂ ਪਹਿਲਾਂ ਗ੍ਰੇਨਾਈਟ ਵਗੈਰਾ ਲੱਗਦਾ ਸੀ ਉਹ 100-125 ਰੁਪਏ ਸਕੇਅਰ ਫੁੱਟ ਪੈਂਦਾ ਫਲੇਮਡ ਗ੍ਰੇਨਾਈਟ ਜਾਂ ਦੂਸਰਾ ਜਾਂ ਬੁੱਚ ਕੱਟ ਕੇ, ਲੇਕਿਨ ਆਹ ਜਿਹੜੀ ਆਈਟਮ ਆ ਬਿਲਕੁਲ ਲੇਟੈਸਟ ਆ ਔਰ ਇਹਦੇ ਵਿੱਚ ਅਸੀਂ ਕੌਂਕ੍ਰੀਟ ਦੇ ਵਿੱਚ ਇਹ ਪ੍ਰੋਡਕਟ ਤਿਆਰ ਕੀਤੇ ਆ, ਇਹਦੇ ਵਿੱਚ ਬਹੁਤ ਵਧੀਆ ਪ੍ਰੋਡਕਟ ਆ, ਸਾਰੇ ਵਾਟਰਪਰੂਫ ਆ, ਦੇਖਣ ਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਇਹ। ਹਾਂ, ਸਾਰਾ ਇਹ ਕੌਂਕ੍ਰੀਟ ਬੇਸਡ ਆ ਇਹ, ਔਰ ਇਹਦੇ ਕਲਰ, ਇਹਦਾ ਰੰਗ, ਇਹਦੀ ਸਟਰੈਂਥ ਗ੍ਰੇਨਾਈਟ ਦੇ ਬਰਾਬਰ ਆ, ਘੱਟ ਨਹੀਂ ਹੈਗੀ। ਹਾਂਜੀ ਹਾਂਜੀ, ਇਹ ਚੀਜ਼ ਸਭ ਤੋਂ ਮੇਨ ਚੀਜ਼ ਹੈ, ਬਹੁਤ ਬੈਸਟ ਆ, ਕਿਉਂਕਿ ਮਜ਼ਬੂਤੀ ਸਭ ਤੋਂ ਪਹਿਲਾਂ ਹੈ ਨਾ। ਬਿਲਕੁਲ ਜੀ, ਜਿਵੇਂ ਉਹ ਗ੍ਰੇਨਾਈਟ ਆਪਾਂ ਗੱਲ ਕੀਤੀ ਆ, ਉਹ ਕੁਝ ਸਮੇਂ ਬਾਅਦ ਸੀਮੈਂਟ ਉਹ ਪਕੜ ਛੱਡ ਜਾਂਦਾ, ਸੀਮੈਂਟ ਪਕੜ ਛੱਡ ਜਾਂਦਾ, ਗ੍ਰੇਨਾਈਟ ਡਿੱਗਣ ਲੱਗ ਜਾਂਦਾ। ਹਾਂਜੀ, ਇਹ ਕੰਕਰੀਟ ਆ, ਸੀਮੈਂਟ ਦੇ ਨਾਲ ਹੀ ਲੱਗਣਾ, ਇਹ ਦੋਨੋਂ ਇੱਕੋ ਤਰ੍ਹਾਂ ਦੇ ਕੈਮੀਕਲਸ ਹੋ ਗਏ, ਇਹ ਡਿੱਗਦਾ ਨਹੀਂ ਕਦੇ, ਫੋਰਐਵਰ ਐਜ਼ ਇਟ ਇਜ਼ ਰਹੂਗਾ, ਇਹ ਚੀਜ਼ ਦੀ ਗਰੰਟੀ। ਉਹਦੇ ਨਾਲ ਉਹ ਸਸਤਾ ਪੈਂਦਾ ਜਾਂ ਮਹਿੰਗਾ ਜੀ? ਹਾਂ, ਉਹਦੇ ਨਾਲ ਉਹ ਅੱਧ ਰੇਟ ਤੇ ਪਊਗਾ ਜੀ ਤੁਹਾਨੂੰ ਇਹ। ਓਕੇ, ਹਾਂ ਇਹ ਕਸਟਮਾਈਜ਼ ਆ, ਉਹਦੇ ਨਾਲ ਤੁਹਾਨੂੰ ਹਾਫ ਰੇਟ ਤੇ ਇਹ ਐਲੀਵੇਸ਼ਨ ਵਾਸਤੇ ਪਊਗਾ। ਐਲੀਵੇਸ਼ਨ ਕਰ ਲਓ ਕੋਈ ਹੋਟਲ ਰੈਸਟੋਰੈਂਟ ਜਾਂ ਤੁਸੀਂ ਕਿਸ ਤਰ੍ਹਾਂ ਫਾਰਮ ਹਾਊਸ ਬਣਾ ਰਹੇ ਹੋ, ਉਹਦੇ ਵਿੱਚ ਬਹੁਤ ਸੋਹਣਾ ਲੱਗੂਗਾ। ਤੁਸੀਂ ਆਪਦੇ ਰੂਮ ਦੀ ਇੱਕ ਵਾਲ ਲਾ ਸਕਦੇ ਹੋ ਅੰਦਰਲੇ ਪਾਸੇ, ਇੰਟਰਨਲ ਵਾਲ ਬਹੁਤ ਅੱਛੀ ਲੱਗੂ, ਡਰਾਇੰਗ ਰੂਮ ਵਗੈਰਾ ਦੀ ਉਹ ਵੀ ਬਹੁਤ ਅੱਛੀ ਲੱਗੂ ਕਿਉਂਕਿ ਇਹ ਸਾਰੇ ਰਿਵਾਜ਼ ਨੇ ਅੱਜ। ਬਾਕੀ ਇੱਕ ਚੀਜ਼ ਹੋਰ, ਜਿਵੇਂ ਕੋਈ ਆਰਕੀਟੈਕਟ ਆਪਾਂ ਨੂੰ ਡਿਜ਼ਾਈਨ ਇਸ ਤਰ੍ਹਾਂ ਦਾ ਦੇ ਦਿੰਦਾ, ਕੋਈ ਕਸਟਮਾਈਜ਼? ਯੈਸ, ਅਸੀਂ ਤੁਹਾਨੂੰ ਕਸਟਮਾਈਜ਼ ਚੀਜ਼ ਵੀ ਬਣਾ ਕੇ ਦੇ ਸਕਦੇ ਹਾਂ, ਵੀ ਤੁਹਾਡਾ ਕੋਈ ਸਪੈਸ਼ਲ ਡਿਜ਼ਾਈਨ ਹੋਵੇ, ਉਹ ਵੀ ਸਾਡੇ ਕੋਲ ਮੋਲਡ ਹੈਗੇ ਆ ਸਾਰੇ ਜਰਮਨ ਦੇ ਮੋਲਡ ਨੇ ਬਾਹਰਲੇ, ਉਹ ਵੀ ਅਸੀਂ ਬਣਾ ਕੇ ਤਿਆਰ ਕਰਕੇ ਦੇ ਸਕਦੇ ਹਾਂ। ਇਹ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਅਸੀਂ, ਸਾਡੇ ਕੋਲ ਕੰਕਰੀਟ ਦੇ ਵਿੱਚ ਪਹਿਲਾਂ ਵਾਲ ਬਣਦੀ ਸੀ, ਕੰਧ ਬਣਦੀ ਹੈ, ਫਿਰ ਉੱਤੇ ਪੱਥਰ ਵਗੈਰਾ ਲੱਗਦਾ। ਇਹ ਅਸੀਂ ਬਲੋਕ ਹੀ ਇਸ ਤਰ੍ਹਾਂ ਦੇ ਤਿਆਰ ਕਰਤੇ ਆ ਜੀ, ਵੀ ਇਹ ਤੁਸੀਂ ਬਲੋਕ ਰਫ ਸਰਫੇਸ ਆ, ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਐਲੀਵੇਸ਼ਨ ਵਾਸਤੇ, ਫਰੰਟ ਵਾਸਤੇ, ਬਾਉਂਡਰੀ ਵਾਲ ਵਾਸਤੇ, ਕਿਤੇ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਦੂਰਾ ਕੰਮ ਨਹੀਂ ਪੈਂਦਾ? ਦੂਰਾ ਕੰਮ ਨਹੀਂ ਪੈਂਦਾ ਜੀ, ਨਾਲੇ ਖਰਚਾ ਤੁਹਾਡਾ ਅੱਧਾ ਰਹਿ ਗਿਆ। ਪਹਿਲਾਂ ਤਾਂ ਕੰਧ ਬਣਾਉਂਦੇ ਸੀ ਇੱਟਾਂ ਦੀ, ਉਹ 'ਚ ਸ਼ੋਰਾ ਹੁੰਦਾ ਸੀ, ਸਲਾਬਾ ਹੁੰਦਾ ਸੀ, ਇਹਦੇ ਵਿੱਚ ਕੋਈ ਸ਼ੋਰਾ ਸਲਾਬਾ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ। ਸੈਕੰਡਲੀ ਇਹ ਹੈਗਾ ਵੀ ਇਹਦੇ ਵਿੱਚ ਤੁਸੀਂ ਲਾਓ ਤੇ ਤੁਹਾਡੀ ਤਿਆਰ ਆ ਸਰਫੇਸ, ਨਾਲੇ ਇਹਦੀ ਮਜ਼ਬੂਤੀ ਵੱਧ, ਮਜ਼ਬੂਤੀ ਉਹਦੇ ਨਾਲ ਹਜ਼ਾਰ ਗੁਣੇ ਵੱਧ ਆ ਜੀ। ਤੁਹਾਨੂੰ ਆਹੀ ਚੀਜ਼ ਆ ਜੀ, ਆਹੀ ਤੁਹਾਨੂੰ ਮੈਂ ਦਿਖਾ ਰਿਹਾ, ਆਹੀ ਚੀਜ਼ ਦੇਖੋ, ਇਹੀ ਸਰਫੇਸ ਬੈਕ ਸਾਈਡ ਵੀ ਅਸੀਂ ਲਾਈ ਹੋਈ ਆ, ਜਿਹਾ ਮਰਜ਼ੀ ਤੁਸੀਂ ਇੱਥੇ ਰੰਗ ਕਰੋ, ਇਹਨੂੰ ਯੂਜ਼ ਕਰੋ। ਇਵੇਂ ਬਲੋਕਸ ਦੇ ਵਿੱਚ ਮੈਂ ਤੁਹਾਨੂੰ ਇੱਧਰ ਦਿਖਾਉਂਦਾ ਵਾ, ਇਵੇਂ ਬਲੋਕਸ ਦੇ ਵਿੱਚ ਦੇਖੋ ਤੁਸੀਂ, ਬਲੋਕਸ ਦੇ ਵਿੱਚ ਪਹਿਲਾਂ ਆਪਾਂ ਇੱਟਾਂ ਨੂੰ ਪਲਸਤਰ ਕਰਦੇ ਆ, ਪਲਸਤਰ ਕਰਕੇ ਕਿੰਨਾ ਖਰਚਾ ਆ ਜਾਂਦਾ, 50-60 ਰੁਪਏ ਫੁੱਟ ਦਾ। ਇਹ ਸਿੱਧੂ ਤੁਸੀਂ ਬਾਉਂਡਰੀ ਵਾਲ ਦੇ ਵਿੱਚ, ਘਰ ਦੇ ਵਿੱਚ ਇੱਕ ਕੰਧ ਤੁਸੀਂ ਇਹਦੇ ਨਾਲ ਦੀ ਬਣਾ ਸਕਦੇ ਹੋ ਵਿੱਚ ਗਰੂਵ ਦੇ ਕੇ। ਇਹ ਸਭ ਤੋਂ ਵੱਡਾ ਡਿਪੈਂਡ ਕਰਦਾ ਜੀ, ਇਹ ਜਿਹੜਾ ਪਲਾਂਟ ਹੈ ਸਾਡਾ ਜਰਮਨ ਦਾ ਪਲਾਂਟ ਹੈ, ਫੁੱਲੀ ਆਟੋਮੈਟਿਕ ਪਲਾਂਟ ਹੈ, ਪਹਿਲਾ ਪਲਾਂਟ ਹੈ ਜਿਹੜਾ ਸਟੀਮ ਦੇ ਨਾਲ ਕਿਊਰਿੰਗ ਹੁੰਦੀ ਆ। ਆਮ ਤੁਸੀਂ ਦੇਖੋ ਦੇਸੀ ਲੋਕਲ ਬੈਠੇ ਹੈਗੇ ਆ, ਬਣਾਈ ਜਾਂਦੇ ਆ, ਕਿਸੇ ਦਾ ਸਾਈਜ਼ ਕਿੰਨਾ, ਕਿਸੇ ਦਾ ਕਿੰਨਾ, ਇੱਕ ਬਲੋਕ ਦੂਸਰੇ ਦੇ ਨਾਲ ਮੈਚ ਹੀ ਨਹੀਂ ਕਰਦਾ, ਔਰ ਪਾਈਪਾਂ ਦੇ ਨਾਲ ਪਾਣੀ ਦੇ। ਇਹ ਸਾਰਾ ਜਿਹੜਾ ਹੈਗਾ ਜੀ, ਇਹ ਟੋਟਲ ਜਿਹੜਾ ਹੁੰਦਾ ਇਹਦੀ ਕਿਊਰਿੰਗ ਚੈਨਲਸ ਟਨਲਸ ਦੇ ਵਿੱਚ ਮਾਲ ਜਾਂਦਾ, ਸਟੀਮ ਦੇ ਨਾਲ ਇਹਦੀ ਕਿਊਰਿੰਗ ਹੁੰਦੀ ਆ, ਤੇ ਬਿਲਕੁਲ MM ਦੇ ਵਿੱਚ ਪ੍ਰੋਡਕਟ ਹੈ ਸਾਰਾ। ਜੀ ਇਹਨੇ ਐਕੂਰੇਸੀ ਹੈ 4 ਸਫੇਰ ਹੋਣਾ, ਬਿਲਕੁਲ ਜੀ ਬਿਲਕੁਲ, ਇਸੇ ਕਰਕੇ ਇਹਦੀ ਐਕੂਰੇਸੀ ਹੈ ਜੀ। ਬਿਲਕੁਲ ਇਹਦੀ ਜਿਹੜੀ ਗਰੂਵ ਆਊਗਾ, ਗਰੂਵ ਵੀ ਬਿਲਕੁਲ ਤਾਂ ਹੀ ਇੱਕ ਤਰ੍ਹਾਂ ਦਾ ਆਊਗਾ ਜੇ ਇਹਦਾ ਸਾਈਜ਼ ਇੱਕ ਆ। ਇਹ ਸਰ ਦੂਸਰੇ ਆ ਜਿਹੜੇ ਅਸੀਂ ਪਿੱਛੇ ਕੋਠੀ ਬੰਦੀ ਦੇਖ ਕੇ ਆਏ, ਉਹੀ ਬਲੋਕ ਆ ਜਾਏ? ਹਾਂ ਹਾਂ, ਸੇਮ ਉਹੀ ਕੰਕਰੀਟ ਵਾਲਾ ਬਲੋਕ ਦਾ ਤਰੀਕਾ ਤੇ ਉਹ ਬਸ ਇਹੀ ਆ ਕੁਝ। ਬਿਲਕੁਲ, ਬਾਕੀ ਜ਼ਿਆਦਾ ਜਾਣਕਾਰੀ ਲਈ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ, ਜੋ ਵੀ ਕੁਛ ਵੀਡੀਓ ਦੇ ਵਿੱਚ ਵਿਖਾਇਆ ਗਿਆ, ਜੇਕਰ ਤੁਹਾਨੂੰ ਕੁਛ ਵੀ ਇਸ ਵਿੱਚੋਂ ਚਾਹੀਦਾ ਜਾਂ ਕੋਈ ਜਾਣਕਾਰੀ ਚਾਹੀਦੀ ਆ, ਤੁਸੀਂ ਉੱਪਰ ਦਿੱਤੇ ਨੰਬਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ, ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।